ਸਰਦਾਰ ਧਿਆਨ ਸਿੰਘ ਸ਼ਾਹ ਸਿਕੰਦਰ, ਜਿਹਨਾਂ ਦੀ ਬਹੁਤ ਸਾਰੀਆਂ ਕਿਤਾਬਾਂ ਵੱਖ ਵੱਖ ਸਿਨਫਾਂ ਦੇ ਵਿੱਚ, ਜਿਨ੍ਹਾਂ ਨੇ ਸੰਪਾਦਨ ਦੇ ਵਿੱਚ, ਖੋਜ ਕਾਰਜਾਂ ਦੇ ਵਿੱਚ ਤਮਾਮ ਉਮਰ ਬਹੁਤ ਜ਼ਿਆਦਾ ਕੰਮ ਕੀਤਾ। ਅਤੇ ਚੌਧਰੀ ਕਹਿਣ ਡਿਆ ਇੱਟਾਂ ਵੱਟੇ ਜੋੜ ਜੋੜ ਕੇ ਮੈਂ ਮਸੀਤ ਬਣਾਈ ਸੀਗੀ, ਅਤੇ ਮੈਂ ਈਦ ਦੀ ਨਮਾਜ਼ ਵੀ ਉੱਥੇ ਨਹੀਂ ਪੜ੍ਹ ਸਕਿਆ। ਅਤੇ ਭਾਈ ਹੋਣੀ ਕਹਿਣ ਲੱਗੇ ਚੌਧਰੀ ਭੂਆ ਜਾ ਉਹਨੂੰ ਭੇਜ ਆਣ ਕੇ ਉਹ ਨਮਾਜ਼ ਪੜ੍ਹਨ, ਅਸੀਂ ਨੰਗੀਆਂ ਤਲਵਾਰਾਂ ਨਾਲ ਰਾਖੀ ਕਰਾਂਗੇ ਉਹਨਾਂ ਚਿਰ। ਵਾਹ! ਉਹ ਉਹਨਾਂ ਚਿਰ ਮਸੀਤ ਦੇ ਬਾਹਰ ਤਲਵਾਰਾਂ ਲੈ ਕੇ ਮੇਰੇ ਚਾਚੇ ਵੀ ਅਤੇ ਭਾਈ ਹੋਣੀ ਵੀ ਖੜ੍ਹੇ ਰਹੇ। ਉਹਨਾਂ ਨੇ ਪਤਾ ਨਹੀਂ ਨਮਾਜ਼ ਪੜ੍ਹੀ ਕਿ ਨਹੀਂ ਪੜ੍ਹੀ। ਚੌਧਰੀ ਸਾਹਿਬ ਤੁਸੀਂ ਇਹਨਾਂ ਨੂੰ ਵੀ ਸਮਝਿਆ, ਇਹ ਸਿੱਖ ਹੋਣਗੇ, ਗੁਰੂ ਗੋਬਿੰਦ ਸਿੰਘ ਦੇ ਸਿਖਾਲੇ ਹੋਏ। ਇਹ ਤਾਂ ਦੋਵੇਂ ਜਾਣੇ ਜੇ ਕਿਤੇ ਪਿੱਠਾਂ ਜੋੜ ਕੇ ਖਲੋ ਜਾਣ ਨਾ ਤਾਂ ਤਲਵਾਰਾਂ ਨੰਗੀਆਂ ਖਿੱਚ ਲੈਣ ਅਤੇ ਤੇਰੀ ਸਾਰੀ ਸਰਵਾਈ ਵੱਢ ਦੇਣ, ਇਹਨਾਂ ਨੂੰ ਫਰਕ ਨਹੀਂ ਗਾ ਪੈਣ ਲੱਗਾ। ਉਹ ਆਣ ਕੇ ਅਤੇ ਤਾਏ ਨੂੰ ਕਹਿੰਦਾ, ਸਰਦਾਰ ਜੀ ਤੁਸੀਂ ਸਾਡੀਆਂ ਇੱਜ਼ਤਾਂ ਬਚਾਉਂਦੇ ਰਹੇ ਹੋ, ਅੱਜ ਵੀ ਜੇ ਹੋ ਸਕੇ ਤਾਂ ਮੇਰੀਆਂ ਧੀਆਂ ਦੀ ਇੱਜ਼ਤ ਕਿਸੇ ਤਰ੍ਹਾਂ ਬਚਾ ਲਓ, ਕਿਸੇ ਤੂੜੀ ਦੇ ਘੁੱਪ 'ਚ ਹੀ ਲੁਕਾ ਲਓ ਇਹਨਾਂ ਨੂੰ, ਜ਼ਾਲਮਾਂ ਦੇ ਇਹਨਾਂ ਨੇ ਤੂੰਬੇ ਤੋੜ ਦੇਣੇ। ਉਹ ਤਾਇਆ ਵੇਖ ਕੇ ਨਾ ਉਹਦੇ ਵੱਲ ਉਹਨੇ ਪੱਗ ਲਾ ਕੇ ਪੈਰਾਂ 'ਤੇ ਰੱਖੀ ਅਤੇ ਤਾਏ ਨੇ ਚੁੱਕ ਕੇ ਪੱਗ ਉਹਦੇ ਸਿਰ 'ਤੇ ਰੱਖ ਦਿੱਤੀ ਅਤੇ ਤਾਏ ਦੀਆਂ ਅੱਖਾਂ 'ਚ ਵੀ ਗਲੇਡੂ ਆ ਗਏ ਅਤੇ ਉਹ ਕਹਿਣ ਲੱਗਾ, ਮਹਿਰ ਅੱਜ ਮੇਰੀ ਵੀ ਭੇਸ ਨਹੀਂ ਹੋ ਜਾਂਦੀ। ਅਤੇ ਉਹ ਰੋਂਦੀਆਂ ਕੁੜੀਆਂ ਨੂੰ ਲੈ ਕੇ ਗੁਜਰ ਚਲਾ ਗਿਆ। ਮੈਂ ਵੀ ਰੋ ਲਿਆ। ਮਹਾਰਾਜਾ ਰਣਜੀਤ ਸਿੰਘ 'ਚ ਜਿੱਥੇ ਰਾਜਿਆਂ ਵਰਗੇ ਔਗਣ ਸੀਗੇ ਉਹਦੇ ਇੱਕ ਗੁਣ ਸੀ, ਉਹ ਪਬਲਿਕ ਵਿੱਚ ਮਿਕਸਅਪ ਹੋ ਜਾਂਦਾ। ਅੱਜ ਤੁਹਾਡਾ ਟੁੱਟਾ ਭੱਜਾ ਵੀ ਕੋਈ MLA ਹੋਵੇ ਉਹਦੇ ਮਗਰ 7-8 ਗੱਡੀਆਂ ਅਤੇ ਬੰਦੂਕਾਂ ਵਾਲੇ ਅਤੇ ਰਫਲਾਂ ਵਾਲੇ ਬਾਡੀਗਾਰਡ ਕਿੰਨੇ ਤੁਰੇ ਫਿਰਦੇ ਆ। ਉਹ ਇੱਥੇ ਆ ਕਮੇਟੀ ਘਰ ਆ ਜਿੱਥੇ, ਇੱਥੇ ਜੇ ਆਪਣੇ ਬੱਸ ਸਟੈਂਡ ਆ ਜਿੱਥੇ, ਇੱਥੇ ਉਹਦੇ ਤੰਬੂ ਲੱਗ ਜਾਂਦੇ ਸੀਗੇ। ਅਤੇ ਜਿਹੜਾ ਵਾਈਸ ਪ੍ਰੈਜੀਡੈਂਟ ਸੀ ਉਹ ਮੇਰੇ ਮੂੰਹ ਵੱਲ ਵੇਖੇ ਵੀ ਇਹ ਮੁੰਡੇ ਤਾਂ ਇਹਦੇ ਨਾਲੋਂ ਵੱਡੀ ਉਮਰ ਦੇ, ਸਾਡੇ ਕੋਲ 8ਵੀਂ 9ਵੀਂ 10ਵੀਂ 'ਚ ਵੀ ਹੈਗੇ ਨੇ, ਅੱਛਾ ਇਹ ਕਿੱਦਾਂ ਪੜ੍ਹਾਏਗਾ। ਅੱਛਾ, ਉਹ ਮੈਂ ਅਖਬਾਰ ਵਿੱਚ ਆਰਟੀਕਲ ਛਪਿਆ ਵਾ 2 ਲਫਜ਼ਾਂ ਦੀ ਇੰਟਰਵਿਊ ਪੰਜਾਬੀ ਟ੍ਰਿਬਿਊਨ 'ਚ ਕਦੇ ਛਪਿਆ ਸੀ। ਅੱਛਾ, ਉਹਦੇ 'ਚ ਅਖੀਰ 'ਤੇ ਉਹਨਾਂ ਨੇ ਸਵਾਲ ਪੁੱਛਿਆ ਇੱਕੋ ਹੀ, ਜੈਂਟਲਮੈਨ ਵਿਲ ਯੂ ਪੁੱਲ ਔਨ ਵਿਦ ਹਾਈ ਕਲਾਸਿਸ, ਅਤੇ ਮੇਰਾ ਜਵਾਬ ਸੀ ਵਾਈ ਨਾਟ ਸਰ। ਇਹਨੇ ਨਾਲ ਹੀ ਉਹ ਸੈਟਿਸਫਾਈ ਹੋ ਗਏ। ਵਿਰਾਸਤ TV ਨਾਲ ਜੁੜੇ ਆਪ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅਦਬ ਸੰਸਾਰ ਵਿੱਚ ਸਵਾਗਤ ਹੈ। ਆਪ ਸਾਰਿਆਂ ਨੂੰ ਜੀ ਨੂੰ ਆਖਦਾ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ। ਉਮੀਦ ਅਤੇ ਅਰਦਾਸ ਜਿੱਥੇ ਕਿਤੇ ਹੋਵੋ ਪਰਮਾਤਮਾ ਅਕਾਲ ਪੁਰਖ ਅੱਲਾ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਦੋਸਤੋ, ਅਦਬ ਸੰਸਾਰ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੈ ਕਿ ਐਸੀਆਂ ਅਦਬੀ ਸ਼ਖਸੀਅਤਾਂ ਜਿਨ੍ਹਾਂ ਨੇ ਸਾਹਿਤ ਦੀ ਸਿਰਜਣਾ ਕੀਤੀ ਹੈ, ਜਿਨ੍ਹਾਂ ਨੇ ਐਸਾ ਸਾਹਿਤ ਰਚਿਆ, ਚਾਹੇ ਉਹ ਕਹਾਣੀ ਦੇ ਰੂਪ ਵਿੱਚ ਹੈ, ਨਾਵਲ ਦੇ ਰੂਪ ਵਿੱਚ ਹੈ, ਸਵੈ ਜੀਵਨੀ ਦੇ ਰੂਪ ਵਿੱਚ ਹੈ, ਕਵਿਤਾ, ਗੀਤ ਜਾਂ ਕਿਸੇ ਵੀ ਸਿਨਫ ਦੇ ਵਿੱਚ ਸਾਹਿਤ ਸਿਰਜਣਾ ਕੀਤੀ, ਅਤੇ ਉਹ ਸਾਹਿਤ ਮਨੁੱਖਾ ਜੀਵਨ ਦੇ ਵਾਸਤੇ ਰਾਹ ਦਸੇਰਾ ਬਣ ਗਿਆ। ਐਸੀਆਂ ਸ਼ਖਸੀਅਤਾਂ ਨੂੰ ਆਪ ਜੀ ਦੇ ਰੂਬਰੂ ਕਰਾਉਣਾ। ਅੱਜ ਵਿਰਾਸਤ TV ਦੀ ਸਮੁੱਚੀ ਟੀਮ ਜਿਹੜੀ ਹੈ ਉਹ ਖਾਸ ਤੌਰ 'ਤੇ ਪਠਾਨਕੋਟ ਇਲਾਕੇ ਦੇ ਵਿੱਚ ਦੀਨਾਨਗਰ ਨਾਮ ਦੇ ਕਸਬੇ ਦੇ ਵਿੱਚ ਪਹੁੰਚੀ ਹੈ, ਜਿੱਥੇ ਪੰਜਾਬੀ ਸਾਹਿਤ ਦੀ ਬਹੁਤ ਉਮਦਾ ਸ਼ਖਸੀਅਤ, ਜੋ ਕੇਵਲ ਸਾਹਿਤ ਦੇ ਖੇਤਰ ਦੇ ਵਿੱਚ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਖੇਤਰਾਂ ਦੇ ਵਿੱਚ ਆਪਣਾ ਖਾਸ ਨਾਮਣਾ ਬਣਾਇਆ, ਨਾਮਣਾ ਖੱਟਿਆ, ਕਹਿਣ ਤੋਂ ਭਾਵ ਸਰਦਾਰ ਧਿਆਨ ਸਿੰਘ ਸ਼ਾਹ ਸਿਕੰਦਰ, ਜਿਨ੍ਹਾਂ ਦੀ ਬਹੁਤ ਸਾਰੀਆਂ ਕਿਤਾਬਾਂ ਵੱਖ ਵੱਖ ਸਿਨਫਾਂ ਦੇ ਵਿੱਚ, ਜਿਨ੍ਹਾਂ ਨੇ ਸੰਪਾਦਨ ਦੇ ਵਿੱਚ, ਖੋਜ ਕਾਰਜਾਂ ਦੇ ਵਿੱਚ ਤਮਾਮ ਉਮਰ ਬਹੁਤ ਜ਼ਿਆਦਾ ਕੰਮ ਕੀਤਾ ਅਤੇ ਅਧਿਆਪਨ ਖੇਤਰ ਦੇ ਵਿੱਚ ਵੀ ਲੰਮਾ ਸਮਾਂ ਆਪਣੀਆਂ ਸੇਵਾਵਾਂ ਦਿੱਤੀਆਂ।
ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਹਨਾਂ ਦੇ ਨਾਲ ਸਵਾਲਾਤ ਕਰਾਂਗੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਸਾਹਿਤਕ ਸਫ਼ਰ ਦੇ ਬਾਰੇ ਅਤੇ ਹੋਰ ਬਹੁਤ ਕੁਝ ਉਹਨਾਂ ਦੇ ਨਾਲ ਜਾਣਨ ਦੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸ਼ਾਹ ਸਿਕੰਦਰ ਜੀ ਦਾ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਸਿਹਤ ਕਿੱਦਾਂ ਆ? ਸਿਹਤ ਹੁਣ ਬੁਢਾਪੇ ਜਿੱਦਾਂ ਦੀ ਹੁੰਦੀ ਆ ਉਸੇ ਤਰ੍ਹਾਂ ਦੀ ਆ ਜੀ। ਕਿਰ ਕਿਰ ਪੈ ਰਿਹਾ ਸਰੀਰ, ਕਿ ਨਾ ਚਿਰ ਜੀਣਾ, ਇਹਦਾ ਕੋਈ ਪਤਾ ਨਹੀਂ ਜੀ। ਜੀ, ਇਹ ਤਾਂ ਰੱਬੀ ਹੁਕਮ ਦੇ ਵਿੱਚ ਹੈ, ਮਰਨ ਲਿਖਾਏ ਮੰਡਲ ਮੈਂ ਆਏ। ਪਰ ਐਸੀਆਂ ਸ਼ਖਸੀਅਤਾਂ ਜਿਹਨਾਂ ਦਾ ਜੀਵਨ ਵੀ ਸਫਲ ਹੋ ਜਾਏ, ਜਿਹਨਾਂ ਦਾ ਮਰਨਾ ਵੀ ਸਫਲ ਹੋ ਜਾਏ, ਉਹ ਪਰਮਾਤਮਾ ਅਕਾਲ ਪੁਰਖ ਆਪ ਐਸੀਆਂ ਸ਼ਖਸੀਅਤਾਂ ਉੱਤੇ ਕਿਰਪਾ ਕਰਦਾ ਆ ਕਿ ਜਿਹਨਾਂ ਦਾ ਜਨਮ ਮਰਨ ਦੋਨੋਂ ਹੀ ਸਫਲ ਹੋ ਜਾਣ। ਅਤੇ ਅੱਜ ਅਸੀਂ ਖਾਸ ਤੌਰ 'ਤੇ ਪਹੁੰਚੇ ਸੀ ਆਪ ਜੀ ਦਾ ਲਿਖਿਆ ਸਾਹਿਤ ਪੜ੍ਹਿਆ, ਆਪ ਜੀ ਦੀਆਂ ਸੇਵਾਵਾਂ ਜਿਹੜੀਆਂ ਪੜ੍ਹੀਆਂ ਉਹਦੇ ਬਾਰੇ, ਅਦਬੀ ਸੰਸਾਰ ਦੇ ਵਿੱਚ ਵਿਚਰਨ ਵਾਲੀਆਂ ਸ਼ਖਸੀਅਤਾਂ ਦੇ ਕੋਲੋਂ ਆਪ ਜੀ ਦੇ ਬਾਰੇ ਜਾਣਿਆ ਅਤੇ ਇੱਕ ਖਿੱਚ ਸੀ ਕਿ ਐਸੀ ਸ਼ਖਸੀਅਤ ਦੇ ਦਰਸ਼ਨ ਜ਼ਰੂਰ ਕੀਤੇ ਜਾਣ, ਜਿਨ੍ਹਾਂ ਨੇ ਸੰਨ 47 ਵੀ ਦੇਖਿਆ, ਜਿਨ੍ਹਾਂ ਨੇ ਪੰਜਾਬੀ ਸੂਬਾ ਵੀ ਦੇਖਿਆ, ਜਿਨ੍ਹਾਂ ਨੇ ਵਿਦਿਅਕ ਢਾਂਚੇ ਵਿੱਚ ਆਏ ਬਦਲਾਵ ਬਹੁਤ ਨੇੜਿਓਂ ਤੱਕੇ, ਲੰਮਾ ਸਮਾਂ ਰੂਪਾਂਤਰ ਨਾਂ ਦੇ ਰਸਾਲੇ ਤ੍ਰੈਮਾਸਿਕ ਦੇ ਸੰਪਾਦਕ ਦੇ ਤੌਰ 'ਤੇ ਬਹੁਤ ਸਾਰੀਆਂ ਅਦਬੀ ਸ਼ਖਸੀਅਤਾਂ ਦੇ ਘੇਰੇ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ ਔਰ ਪੰਜਾਬੀ ਸਾਹਿਤ ਜਗਤ ਨੂੰ ਉਮਦਾ ਸਾਹਿਤ ਵੀ ਦਿੱਤਾ। ਪਹਿਲਾ ਸਵਾਲ ਤਾਂ ਮੈਂ ਇਹ ਜਾਣਨਾ ਚਾਹੁੰਦਾ, ਸਾਹਿਤ ਦੀ ਗੱਲ ਬਾਅਦ ਵਿੱਚ ਕਰਾਂਗੇ, ਵੀ ਧਿਆਨ ਸਿੰਘ ਸ਼ਾਹ ਸਿਕੰਦਰ ਇਹ ਐਡਾ ਵੱਡਾ ਨਾਂ ਅਤੇ ਜਾਂ ਸ਼ਾਹ ਸਿਕੰਦਰ ਤੁਹਾਡੇ ਨਾਮ ਨਾਲ ਕਿਵੇਂ ਜੁੜ ਗਿਆ? ਦਰਅਸਲ ਗੱਲ ਇਹ ਹੋਈ ਆ ਕਿ ਪੰਜਾਬੀ ਦਾ ਇੱਕ ਅਖਾਣ ਹੈਗਾ, ਜਿਉਂ ਜੰਮੇ ਬੋਤੀਓ ਲੰਮੇ ਜੀ, ਪੈਰ ਨਹੀਂ ਕਿਸੇ ਨੇ ਲੱਗਣ ਦਿੱਤੇ। ਇੱਕ ਕਹਾਣੀ ਸੁਣਾਉਂਦੇ ਹੁੰਦੇ ਨੇ ਵੀ ਇੱਕ ਕੁੱਤਾ ਕਹਿਣ ਲੱਗਾ ਆਪਣੀ ਕੁੱਤੀਆਂ ਨੂੰ ਵੀ ਮੈਂ ਚੱਲਿਆ ਹਰਿਦੁਆਰ ਵੇਖਣ। ਅੱਛਾ ਜੀ। ਅਤੇ ਉਹ ਕੁੱਤੀਆ ਕਹਿਣ ਲੱਗੀ ਵੀ ਕਦੋਂ ਕੁ ਮੁੜੇਗਾ? ਉਹ ਕਹਿੰਦਾ ਵੀ ਮੈਂ ਪੈਦਲ ਹੀ ਜਾਣਾ, ਦੌੜੇ ਨੇ ਜਾਣਾ, ਦੌੜੇ ਨੇ ਆਉਣਾ, ਮੈਂ ਮਹੀਨਾ ਕੁ ਲੱਗ ਹੀ ਜਾਣਾ। ਅੱਛਾ ਜੀ। ਉਹ 30 ਦਿਨ ਘਰ ਆ ਗਿਆ। ਅੱਛਾ ਜੀ। ਉਹ ਪੁੱਛਣ ਲੱਗੀ ਵੀ ਤੂੰ ਐਡੀ ਛੇਤੀ ਕਿੱਦਾਂ ਆ ਗਿਆ? ਕਹਿੰਦਾ ਭਰਾਵਾਂ ਦੀ ਮਿਹਰਬਾਨੀ ਨਾਲ। ਅੱਛਾ। ਉਹ ਭਰਾਵਾਂ ਦੀ ਮਿਹਰਬਾਨੀ ਕੀ ਹੋਈ? ਭਈ ਮੈਂ ਇੱਕ ਦੌੜ ਲਾਈ ਅਤੇ ਸੋਚਿਆ ਭੁੱਖ ਲੱਗੀ ਆ ਅਤੇ ਕਿਸੇ ਪਿੰਡ ਦੇ ਵਿੱਚ ਕੋਈ ਟੁੱਕਰ ਲੱਭ ਲੈਂਦਾ। ਪਿੰਡ 'ਚ ਗਿਆ ਅਤੇ ਮੈਨੂੰ ਉੱਥੋਂ ਦੇ ਕੁੱਤਿਆਂ ਨੇ ਤਬਲ ਝਾੜੀ ਦੇ ਅਗਲੇ ਪਿੰਡ ਭੇਜ ਦਿੱਤਾ। ਅੱਛਾ ਜੀ। ਅਗਲੇ ਪਿੰਡੋਂ ਤਬਲ ਝਾੜੀ ਦੇ ਅਗਲੇ ਪਿੰਡ ਭੇਜ ਦਿੱਤਾ ਅਤੇ ਹਰਿਦੁਆਰ ਜਾ ਕੇ ਸੋਚਿਆ ਵੀ ਇੱਥੇ ਕੋਈ ਮਾੜਾ ਮੋਟੀ ਉਧਰ ਪੂਰਤੀ ਕਰ ਲੈਂਦਾ। ਉੱਥੇ ਵੀ ਉਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ ਅਤੇ ਫਿਰ ਮੈਂ ਦੌੜਿਆ ਪਛਾਹ ਨੂੰ। ਅੱਛਾ। ਉਹ ਮੈਂ ਭਰਾਵਾਂ ਦੀ ਮਿਹਰਬਾਨੀ ਨਾਲ ਹੀ 5-6 ਤੇ ਮਕਾਨ ਬਣਾਏ ਨੇ। ਅੱਛਾ ਜੀ। ਅਤੇ ਚੌਥੇ ਥਾਂ ਮੈਂ ਸ਼ਿਫਟ ਕੀਤਾ। ਸਭ ਤੋਂ ਪਹਿਲਾਂ ਤਾਂ ਮੇਰਾ ਜਨਮ ਹੋਇਆ ਖੋਜੇਪੁਰ। ਅੱਛਾ ਜੀ। ਮਤਲਬ ਬਚਪਨ ਉੱਥੇ ਹੰਡਾਇਆ, ਰਣਜੀਤ ਬਾਗ ਜੀ ਦੇ ਵਿੱਚੋਂ ਹੋਂਦ ਵਿੱਚ ਆਇਆ। ਉੱਥੇ ਵੀ ਉਹ ਇੱਕ ਜ਼ਮੀਂਦਾਰਾ ਘਰ ਇੱਦਾਂ ਦਾ ਸੀ ਵੀ ਉਹਨਾਂ ਦਾ ਖਿਆਲ ਸੀ ਵੀ ਇਹ ਕੋਠੇ ਢਹਿ ਜਾਣ ਦੇ ਹਲ ਵਾਹੀਏ, ਸਾਡੀ ਪੈਲੀ ਵਧੇ। ਅੱਛਾ ਜੀ। ਉਹਨਾਂ ਨੇ ਵੀ ਦਬਲ ਚਾੜੀ, ਪਹਿਲਾਂ ਤਾਂ ਗਰੀਬ ਗੁਰਬੇ ਨੂੰ, ਬਾਕੀ ਤਿਆਂ ਨੂੰ ਤੰਗ ਕਰਦੇ ਰਹੇ, ਫਿਰ ਮੇਰੇ ਵੱਲ ਵੀ ਨਜ਼ਰ ਹੋ ਗਈ। ਇੱਥੇ ਉਦੋਂ ਸਾਡਾ ਦੀਨਾਨਗਰ ਕਾਰੋਬਾਰ ਤਕੜਾ ਸੀਗਾ। ਅੱਛਾ ਜੀ। ਆਰਾ ਚੱਲਦਾ ਸੀ, ਦੋਹਰੇ ਪੁੱਲ, ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਵੀ ਚੱਲਦੀ ਸੀ। ਠੀਕ ਹੈ। ਉਹ ਤਾਇਆ ਜੀ ਕਹਿਣ ਲੱਗੇ ਤੂੰ ਠਾਂ ਛੱਡ ਸੜੀ ਸੀ ਆਪਾਂ ਤੇ ਉਹਨਾਂ ਦੇ ਝਗੜੇ ਝੁਗੜੇ, ਫਾਦਰ ਦੀ ਡੈਥ ਹੋ ਚੁੱਕੀ ਸੀ, ਭੈਣਾਂ ਵਿਆਹੁਣ ਵਾਲੀਆਂ ਸੀਗੀਆਂ, ਤੂੰ ਡੇਰਾ ਚੁੱਕ ਤੇ ਇੱਥੇ ਆ ਜਾ। ਮਠਾਰੂ ਨੂੰ ਆਸ 'ਚ ਆ ਗਿਆ। ਅੱਛਾ ਜੀ। ਮਠਾਰੂ ਨੂੰ ਆਸ ਵਿੱਚ ਵੇਖਦਿਆਂ ਵੇਖਦਿਆਂ ਆਰੇ ਵਾਲਾ ਕੰਮ ਮੁੱਖ ਮੱਕ ਗਿਆ, ਜਦੋਂ ਉਜਾੜ ਪੈ ਗਿਆ ਮੇਰੇ ਲਈ ਬੱਚੇ ਪਾਲਣੇ ਮੁਸ਼ਕਲ ਹੋ ਗਏ, ਫਿਰ ਮੈਂ ਸ਼ਾਹ ਸਿਕੰਦਰ ਚਲਾ ਗਿਆ। ਅੱਛਾ ਜੀ। ਉੱਥੇ ਦੋ ਢਾਈ ਤਿੰਨ ਕਨਾਲਾਂ ਥਾਂ, ਪਹਿਲਾਂ ਤਾਂ ਖਿਆਲ ਸੀ ਵੀ ਛੋਟੇ ਭਰਾ ਨੇ ਰਿਟਾਇਰ ਹੋ ਕੇ ਆਉਣਾ ਏਅਰਫੋਰਸ 'ਚੋਂ,
ਉਹਦੇ ਲਈ ਕੋਈ ਥਾਂ ਖਰੀਦ ਛੱਡਾ, ਕੋਈ ਕੰਮ ਕਰ ਲਏਗਾ। ਉਹ ਕਮਿਸ਼ਨ ਲੈ ਗਿਆ ਅਤੇ ਫਿਰ ਉਹ ਵੀ ਹਿਸਾਬ ਕਿਤਾਬ ਹੋਰ ਤਰ੍ਹਾਂ ਦਾ ਹੋ ਗਿਆ ਜੀ। ਫਿਰ ਮੈਂ ਕੀ ਕੀਤਾ ਬਈ, ਉੱਥੇ ਸ਼ਾਹ ਸਿਕੰਦਰ ਉਜਾੜ ਵਿੱਚ ਹੀ ਘਰ ਬਣਾਇਆ ਸੀ ਸਰਕਾਰ ਤੋਂ ਲੋਨ ਲੈ ਕੇ। ਅੱਛਾ ਜੀ। ਉੱਥੋਂ ਮੇਰੇ ਨਾਂ ਨਾਲ ਸ਼ਾਹ ਸਿਕੰਦਰ ਜੁੜ ਗਿਆ। ਅੱਛਾ ਜੀ। ਕਿਉਂਕਿ ਐਡਰੈਸ ਬਣਾਉਣਾ ਸੀਗਾ, ਧਿਆਨ ਸਿੰਘ ਸ਼ਾਹ ਸਿਕੰਦਰ ਦੀਨਾ ਨਗਰ, ਮੈਗਜ਼ੀਨ ਮੇਰੇ ਕੋਲ ਆ ਗਿਆ। ਅੱਛਾ ਜੀ। ਲੋਕਾਂ ਦਾ ਮੈਟਰ ਆਉਣਾ ਹੁੰਦਾ ਸੀਗਾ, ਉਹ ਸ਼ਾਹ ਸਿਕੰਦਰ ਐਸਾ ਮੇਰੇ ਨਾਲ ਜੁੜਿਆ, ਉਹ ਹੁਣ ਵੀ ਜੁੜਿਆ ਹੋਇਆ। ਅੱਛਾ ਜੀ। ਉੱਥੇ ਫਿਰ ਉਹਨਾਂ ਨੇ ਨਹੀਂ ਜੀਣ ਦਿੱਤਾ ਆਂਢ ਗੁਆਂਢ, ਜਿਉਂ ਜਿਉਂ ਅਸੀਂ ਲੋਕਾਂ ਦੇ ਪੈਰਾਂ ਹੇਠਾਂ ਹੱਥ ਰੱਖਦੇ ਰਹੇ ਵੀ ਇਹਨਾਂ ਨੂੰ ਸੈਟਲ ਕਰਨਾ। ਉਹ ਜਿਹਨਾਂ ਦੇ ਸਾਈਂ ਬਿਸਮ ਦੇ ਰਹੇ ਉਹੀ ਸਾਡਾ ਸਾਹ ਸੂਤਣ ਲੱਗ ਪਏ, ਅਤੇ ਫਿਰ ਡੇਰਾ ਚੁੱਕ ਕੇ ਇੱਥੇ ਆ ਗਿਆ। ਹੁਣ ਸ਼ਾਹ ਸਿਕੰਦਰ ਨਾਲ ਹੀ ਆ, ਮੈਗਜ਼ੀਨ ਹੁਣ ਚੱਲੇ ਨਾ ਚੱਲੇ ਪਰ ਸ਼ਾਹ ਸਿਕੰਦਰ ਦੇ ਚੱਲਦਾ ਹੀ ਆ। ਇੱਥੇ ਕੁਝ ਅਜ਼ੀਜ਼ ਮੇਰੇ ਹੈਗੇ ਨੇ ਜਿਹੜੇ ਮੈਨੂੰ ਪ੍ਰੇਰਨਾ ਕਰਕੇ ਕੁਛ ਨਾ ਕੁਛ ਲਿਖਾਉਂਦੇ ਰਹਿੰਦੇ ਨੇ ਮੇਰੇ ਕੋਲ। ਵੈਸੇ ਤਾਂ ਹੁਣ ਹਿੰਮਤ ਨਹੀਂ ਰਹਿ ਗਈ ਜੀ ਜੀ ਜੀ। ਉਹ ਹੁਣ ਇੱਕ ਦੋ ਕਿਤਾਬਾਂ ਤਾਂ ਹੁਣ ਛੋਟੀਆਂ ਛੋਟੀਆਂ ਦੱਸੀਆਂ ਸੀਗੀਆਂ, ਹੁਣ ਜੇ ਫਿਰ ਛਪੀਆਂ ਨੇ ਜੀ। ਇੱਕ ਮੈਂ ਪੂਰਨ ਸਿੰਘ ਹੋਰਾਂ ਦੀ ਇੱਕ ਪੁਸਤਕ ਲੜੀ ਸੀਗੀ ਸੋਚ ਦਾ ਸਫ਼ਰ। ਅੱਛਾ ਜੀ। ਉਹਦੇ ਵਿੱਚੋਂ ਉਹਨਾਂ ਨੇ ਵਿਸ਼ਵ ਭਰ ਦੇ ਜਿਹੜੇ ਚਿੰਤਕ ਨੇ ਉਹਨਾਂ ਬਾਰੇ ਉਹਨਾਂ ਨੇ ਲਿਖਿਆ। ਅੱਛਾ ਜੀ। ਉਹ ਕਿਤਾਬ ਮੈਂ ਵੱਖਰੀ ਇੱਕ ਕੱਢ ਰਿਹਾ ਵਾਂ ਜੀ, ਉਹਦੇ ਵਿੱਚੋਂ ਕੱਢ ਕੱਢ ਕੇ ਅਤੇ ਵਿਸ਼ਵ ਦੇ ਚਿੰਤਕ ਸੰਪਾਦਨਾ ਕਰ ਰਿਹਾ। ਮੈਂ ਕਵਿਤਾ ਤੋਂ ਤੁਰਿਆ ਸਾਂ ਜੀ। ਵੈਸੇ ਤੁਹਾਨੂੰ ਇੱਕ ਮੈਂ ਤੁਹਾਡੇ ਨੌਲੇਜ 'ਚ ਗੱਲ ਲਿਆ ਦਿਆਂ ਕਿ 90% ਬਲਕਿ 99% ਲੇਖਕ ਜਿਹੜੇ ਨੇ ਕਵਿਤਾ ਤੋਂ ਹੀ ਤੁਰਦੇ ਨੇ। ਗੁਰਬਖਸ਼ ਸਿੰਘ ਪ੍ਰੀਤ ਲੜੀ ਵੀ ਕਹਿ ਲਓ, ਪ੍ਰਿੰਸੀਪਲ ਸੁਜਾਨ ਸਿੰਘ ਵੀ ਕਹਿ ਲਓ, ਦੂਜੇ ਤੀਜੇ ਵੀ ਕਹਿ ਲਓ, ਸ਼ੁਰੂ 'ਚ ਕਵਿਤਾ ਹੀ ਲੇ। ਨਾਨਕ ਸਿੰਘ ਵੀ ਉਹਦੇ ਸਤਿਗੁਰ ਮਹਿਮਾ ਗੁੱਟ ਕੇ ਅਸੀਂ ਗੁਰਦੁਆਰਿਆਂ 'ਚ ਗਾਉਂਦੇ ਰਹੇ ਹਾਂ। ਹਾਂਜੀ। ਉਹ ਕਵਿਤਾ ਤੋਂ ਤੁਰਦੇ ਨੇ ਜੀ। ਬਾਅਦ ਵਿੱਚ ਉਹ ਫਿਰ ਉਹਨਾਂ ਦਾ ਫੀਲਡ ਕਿਹੜਾ ਬਣਦਾ ਇਹ ਬਾਅਦ 'ਚ ਫੈਸਲਾ ਹੁੰਦਾ। ਸੋ ਕਵਿਤਾ ਤੋਂ ਤੁਰਿਆ ਸਾਂ, ਛਾਟੇ ਰਹਿੰਦੇ ਆ। ਅੱਛਾ ਜੀ। ਅਤੇ ਉਹਦੇ ਬਾਅਦ ਕਹਾਣੀਆਂ ਵੀ ਆ ਗਈਆਂ, ਵਾਰਤਕ ਵੀ ਆ ਗਈ, ਸਵੈ ਜੀਵਨੀ ਵੀ ਆ ਗਈ, ਕਈ ਕੁਛ ਆ ਗਿਆ ਜੀ। ਉਹ ਸਾਰੇ ਰੰਗ ਜਿਹੜੇ ਨੇ ਬਨ ਸੋਨੇ ਉਹ ਤੁਰੇ ਰਹੇ। ਫਿਰ ਵੈਸੇ ਇਹ ਸ਼ੁਰੂਆਤ ਕਦੋਂ ਹੋਈ ਸੀ, ਤੁਸੀਂ ਕਵਿਤਾ ਤੋਂ ਸ਼ੁਰੂਆਤ ਕੀਤੀ ਕਿਹੜੀ ਉਮਰੇ? ਮੈਂ ਤੁਹਾਨੂੰ ਗੱਲ ਦੱਸਾਂ ਬਈ, 16 ਸਾਲ ਦੀ ਉਮਰ ਸੀਗੀ ਜਦੋਂ ਮੈਂ ਛਾਟੇ ਡਰਾਇੰਗ ਮਾਸਟਰ ਲੱਗਾ ਸਾਂ। ਅੱਛਾ, ਡਰਾਇੰਗ ਮਾਸਟਰ ਤੋਂ ਤੁਹਾਡਾ ਸ਼ੁਰੂ ਹੋਇਆ? ਡਰਾਇੰਗ ਮਾਸਟਰੀ ਤੋਂ ਸ਼ੁਰੂ ਹੋਇਆ। ਸਤਪਾਲ ਡਾਂਗ ਨੇ ਮੇਰੀ ਅਪੁਆਇੰਟਮੈਂਟ ਕੀਤੀ। ਅੱਛਾ ਜੀ। ਅਤੇ ਜਿਹੜਾ ਵਾਈਸ ਪ੍ਰੈਜੀਡੈਂਟ ਸੀ ਉਹ ਮੇਰੇ ਮੂੰਹ ਵੱਲ ਵੇਖੇ ਵੀ ਇਹ ਮੁੰਡੇ ਤਾਂ ਇਹਦੇ ਨਾਲੋਂ ਵੱਡੀ ਉਮਰ ਦੇ, ਸਾਡੇ ਕੋਲ 8ਵੀਂ 9ਵੀਂ 10ਵੀਂ 'ਚ ਵੀ ਹੈਗੇ ਨੇ। ਅੱਛਾ ਜੀ। ਇਹ ਕਿੱਦਾਂ ਪੜ੍ਹਾਏਗਾ? ਅੱਛਾ। ਉਦੋਂ ਮੈਂ ਅਖਬਾਰ ਵਿੱਚ ਆਰਟੀਕਲ ਛਪਿਆ ਵਾ 2 ਲਫ਼ਜ਼ਾਂ ਦੀ ਇੰਟਰਵਿਊ, ਪੰਜਾਬੀ ਟ੍ਰਿਬਿਊਨ 'ਚ ਕਦੇ ਛਪਿਆ ਸੀ। ਅੱਛਾ ਜੀ। ਉਹਦੇ 'ਚ ਅਖੀਰ 'ਤੇ ਉਹਨਾਂ ਨੇ ਸਵਾਲ ਪੁੱਛਿਆ ਇੱਕੋ ਹੀ, ਜੈਂਟਲਮੈਨ ਵਿਲ ਯੂ ਪੁੱਲ ਔਨ ਵਿਦ ਹਾਈ ਕਲਾਸਿਸ, ਅਤੇ ਮੇਰਾ ਜਵਾਬ ਸੀ ਵਾਈ ਨਾਟ ਸਰ। ਵਾਹ। ਇਹਨੇ ਨਾਲ ਹੀ ਉਹ ਸੈਟਿਸਫਾਈ ਹੋ ਗਏ ਜੀ, ਅਤੇ ਮੇਰੀ ਉੱਥੇ ਅਪੁਆਇੰਟਮੈਂਟ ਹੋ ਗਈ। ਅੱਛਾ ਜੀ। ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਉੱਥੇ 8ਵੀਂ ਜਮਾਤ 'ਚ ਮੇਰੀ ਜਮਾਤ ਮੇਰੀ ਉਮਰ ਦੇ ਮੁੰਡੇ ਹੈਗੇ ਸੀਗੇ, 9ਵੀਂ 10ਵੀਂ 'ਚ ਪਾਕਿਸਤਾਨ ਦੀ ਮਾਰ ਖਾਧੀ, 4-4, 5-5 ਸਾਲ ਫੈਕਟਰੀਆਂ 'ਚ ਕੰਮ ਕਰਕੇ ਅਤੇ ਮੁੜ ਖਿੜ ਕੇ ਉੱਥੇ ਲੱਗੇ ਹੋਏ। ਪਰ ਛਾਟੇ ਦਾ ਜਿਹੜਾ ਜੀਵਨ ਸੀਗਾ, ਇੱਕ ਸਾਲ ਕੁ ਮੈਂ ਉੱਥੇ ਰਿਹਾ ਵਾਂ। ਅੱਛਾ ਜੀ। ਉਹ ਮੇਰੀ ਸਾਰੀ ਉਮਰ ਨਾਲੋਂ ਜ਼ਿਆਦਾ ਕੀਮਤੀ ਸੀ। ਉਹ ਮੁੰਡੇ ਮੇਰੇ ਮਗਰ ਲੋਕ ਮੈਨੂੰ ਵੇਖਣ ਆਉਂਦੇ ਹੁੰਦੇ ਸੀ ਵੀ ਇੱਕ ਛੋਕਰਾ ਜਿਹਾ ਮਾਸਟਰ ਆਇਆ, ਮੁੰਡੇ ਲੈ ਲਿਆ ਵਾਂਗੂ ਉਹਦੇ ਮਗਰ ਤੁਰੇ ਫਿਰਦੇ ਨੇ ਜੀ। ਉਹਦੇ 'ਚ ਕੁਛ ਪਤਾ ਨਹੀਂ ਕੀ ਗੁਣ ਹੈਗਾ। ਜਦੋਂ ਕਿ ਸਕੂਲ ਦੇ ਵਿੱਚ ਮਾਸਟਰਾਂ ਨੂੰ ਜਮਾਤ 'ਚ ਹੂਰੇ ਪੈ ਜਾਂਦੇ ਹੁੰਦੇ ਸੀ,
ਤੇ ਬਾਗੀ ਜਿਹਾ ਸਕੂਲ ਸੀਗਾ 22% ਰਿਜ਼ਲਟ ਦੇਣ ਵਾਲਾ ਜੀ ਜੀ, ਤੇ ਮੇਰਾ ਰਿਜ਼ਲਟ ਇਕੱਲੇ ਦਾ ਹੀ ਉੱਥੇ 65% ਆਇਆ ਸੀਗਾ। ਵਾਹ। ਤੇ ਡਰਾਇੰਗ ਦਾ ਜੀ, ਤੇ ਉੱਥੇ ਸਿਲਸਿਲਾ ਅਜੀਬੋ ਗਰੀਬ ਘਟਨਾਵਾਂ ਘਟੀਆਂ ਨੇ ਜੀ, ਜੇ ਮੈਂ ਉਸ ਪਾਸੇ ਵੱਲ ਤੁਰ ਪਾਵਾਂ ਤੇ ਉਹ ਗੱਲ ਬਹੁਤ ਲੰਮੀ ਹੋ ਜਾਂਦੀ ਹੈ ਜੀ, ਇਸ ਕਰਕੇ ਮੈਂ ਉਹ ਛੱਡ ਦਿੰਦਾ। ਉਹ MB ਹਾਈ ਸਕੂਲ ਛੱਡਾ ਸੀ, ਹੁਣ ਸੀਨੀਅਰ ਸੈਕੰਡਰੀ ਸਕੂਲ ਜਾਂ ਜਿਹੜੇ ਨਵੀਂ ਕਿਸਮ ਦੇ ਉਹਨਾਂ ਨੇ ਸਕੂਲ ਬਣਾਏ ਨੇ, ਬਿਲਕੁਲ ਜੀ, ਹਾਂਜੀ, ਮੈਰੀਟੋਰੀਅਲ ਸਕੂਲ ਕਿਸਮ ਦੇ ਜੀ ਜੀ, ਉਹ ਉਸ ਕਿਸਮ ਦਾ ਬਣ ਚੁੱਕਿਆ ਹੋਇਆ ਜੀ ਜੀ, ਗੌਰਮੈਂਟ ਲੈ ਗਈ ਹੋਣੀ ਆ। ਹਾਂਜੀ ਹਾਂਜੀ, ਮੈਂ ਉੱਥੋਂ ਜੌਬ ਸ਼ੁਰੂ ਕੀਤੀ ਸੀ। ਠੀਕ ਹੈ, ਜਿਹੜਾ ਸਨ ਤੁਹਾਡਾ ਜਨਮ ਸਨ 47 ਤੋਂ ਪਹਿਲਾਂ ਦਾ ਹੈ? ਮੇਰਾ ਜਨਮ 1938 ਦਾ। ਹਾਂਜੀ, 47 'ਚ ਮੈਂ 5ਵੀਂ 'ਚ ਪੜ੍ਹਦਾ ਸਾਂ। ਅੱਛਾ ਜੀ, ਉਦੋਂ ਦਾ ਮਾਹੌਲ ਕੋਈ ਕੋਈ ਯਾਦ ਉਹਦੀ? ਵਾਕਿਆ ਬਹੁਤ ਕੁਝ ਯਾਦ ਆ ਜੀ, ਤੇ ਬੜਾ ਕੁਝ ਵਾਪਰਿਆ। ਭਾਵੇਂ ਅਸੀਂ ਇੱਥੋਂ ਦੇ ਰਹਿਣ ਵਾਲੇ ਸਾਂ ਜੀ, ਪਰ ਪਿੰਡ ਸੀ ਸਾਡਾ ਮੁਸਲਮਾਨਾਂ ਦਾ। ਅੱਛਾ ਜੀ, ਤੇ ਮੁਸਲਕੇ ਪਿੰਡ ਵਿੱਚ ਸਾਂਝਾਂ ਬੜੀਆਂ ਸੀਗੀਆਂ। ਵਾਹ। ਖਾਸ ਕਰਕੇ ਜਿਹੜਾ ਪਿੰਡ ਦਾ ਵੱਡਾ ਚੌਧਰੀ ਸੀ, ਉਹ ਬਾਬੇ ਦਾ ਯਾਰ ਸੀ। ਅੱਛਾ ਜੀ, ਤੇ ਬੜਾ ਗੈਰ ਮਤਸਬ ਜਿਹਾ ਬੰਦਾ। ਵਾਹ। ਤੇ ਕਈ ਵਾਰੀ ਉਹਨੇ ਨਾ ਬਾਬੇ ਨੂੰ ਇਸ਼ਾਰਾ ਕਰਨਾ, ਭਾਈ ਜੀ ਜਰਾ ਡਿਉੜੀ ਜਾਇਓ, ਸਾਡੇ ਘਰ ਕੋਲ ਪ੍ਰਾਹੁਣੇ ਆ ਗਏ ਨੇ ਤੇ ਪੈਸੇ ਦੀ ਲੋੜ ਪੈ ਗਈ ਹੈ। ਅੱਛਾ ਜੀ, ਜਾਂ ਕਈ ਵਾਰੀ ਉਹਨੇ ਰਾਸ਼ਨ ਹੋਣਾ ਮਗਰ ਸਾਡੇ ਘਰ ਪ੍ਰਾਹੁਣੇ ਸਿੱਖ ਪ੍ਰਾਹੁਣੇ ਆ ਗਏ ਨੇ। ਅੱਛਾ ਜੀ, ਉਹਨਾਂ ਨੇ ਰੋਟੀ ਤੇ ਸਾਡੀ ਖਾ ਲੈਣੀ ਆ, ਮੁਰਗਾ ਕੱਛੇ ਮਾਰਿਆ ਹੋਣਾ, ਆਪਣੇ ਵਰਗਾ ਕਰ ਦਿਓ, ਉਹ ਉਹਨਾਂ ਨੇ ਸਾਡਾ ਨਿੱਘਾ ਖਾਣਾ। ਅੱਛਾ ਜੀ, ਤੇ ਉਹ ਏਦਾਂ ਦੀਆਂ ਸਾਂਝਾਂ ਬਾਬਾ ਜੀ ਨਾਲ ਸੀਗੀਆਂ। ਤੇ ਮੈਂ ਇੱਕ ਕਹਾਣੀ ਲਿਖੀ ਸੀਗੀ, ਇੱਕ ਸੀ ਭੂਆ। ਆਹਾ, ਠੀਕ ਹੈ। ਉਹ ਭੂਆ ਤਾਈ ਮਤਾਬੀ ਸੀ। ਹਾਂਜੀ, ਉਹ ਭੂਆ ਸੀਗੀ, ਉਹਦਾ ਨਾਂ ਮੈਨੂੰ ਹੁਣ ਭੁੱਲ ਗਿਆ। ਅੱਛਾ ਜੀ, ਮੇਰੀ ਮਾਂ ਦਾ ਉਹਦੇ ਨਾਲ ਬੜਾ ਮੋਹ ਸੀ। ਅੱਛਾ ਜੀ, ਤੇ ਮਾਂ ਨੇ ਜਿੰਨੀਆਂ ਹਿਕਮਤਾਂ ਸਿੱਖੀਆਂ, ਗੁਣ ਸਿੱਖੇ, ਉਹਦੇ ਕੋਲੋਂ ਹੀ ਸਿੱਖੇ। ਵਾਹ। ਉਹ ਪਿੰਡ ਦੀ ਸਾਂਝੀ ਛਤੜੀ ਸੀ, ਉਹਨੂੰ ਭੂਆ ਕਹਿੰਦੇ ਸੀ। ਭੂਆ ਕਿਉਂ ਕਹਿੰਦੇ ਸੀ ਇਹ ਕੁਝ ਪਤਾ ਨਹੀਂ। ਅੱਛਾ ਜੀ, ਉਹ ਮੁਸਲਮਾਨਾਂ ਵਿੱਚ ਆਪੋ ਚ ਦੀ ਰਿਸ਼ਤੇ ਹੋ ਜਾਂਦੇ ਹੁੰਦੇ ਸੀਗੇ, ਤੇ ਉਹ ਪਿੰਡ ਚੌਕੇ ਦੀ ਧੀ ਸੀ, ਕਿਸੇ ਨੂੰ ਕੱਖ ਪਤਾ ਨਹੀਂ। ਅੱਛਾ ਜੀ, ਇੰਨਾ ਹੀ ਪਤਾ ਸੀ ਵੀ ਭੂਆ ਤੇ ਸਾਰਿਆਂ ਦੀ ਸਾਂਝੀ ਹੈ। ਉਹ ਬੜੀ ਚੰਗੀ ਔਰਤ ਸੀਗੀ ਜੀ ਜੀ ਜੀ। ਤੇ ਚੌਧਰੀ ਵੀ, ਵੱਡਾ ਚੌਧਰੀ ਵੀ ਬਹੁਤ ਚੰਗਾ ਸੀਗਾ। ਇੱਥੋਂ ਤੱਕ ਵੀ ਹੋਇਆ ਬਈ 2.5 ਦਿਨ ਤੇ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ 'ਚ ਰਿਹਾ ਸੀਗਾ। ਹਾਂਜੀ, ਤੇ ਜਦੋਂ ਮੁੜ ਕੇ ਹਿੰਦੁਸਤਾਨ 'ਚ ਹੋਇਆ, ਹਾਂਜੀ, ਤੇ ਉਹਨਾਂ ਦਾ ਜਾਣ ਦਾ ਪ੍ਰੋਗਰਾਮ ਬਣਿਆ। ਮਿਲਟਰੀ ਦੀ ਗਾਰਦ ਚੌਧਰੀਆਂ ਦੇ ਛੱਤ ਉੱਤੇ ਰਹਿੰਦੀ ਸੀਗੀ। ਅੱਛਾ ਜੀ, ਤੇ ਉਹ ਭੂਆ ਆਇਆ ਸੀ ਇੱਕ ਦਿਨ ਰੋਂਦੀ ਰੋਂਦੀ, ਬਰਿਆਰੀ ਚੱਲ ਗਿਆ ਸੀ ਰਾਤ। ਅੱਛਾ ਜੀ, ਉਹਨਾਂ ਸੋਚਿਆ ਵੀ ਰੇਲ ਦੀ ਹੱਦ ਸ਼ਾਇਦ ਆਖਰੀ ਹੱਦ ਹੋਵੇ। ਅੱਛਾ ਜੀ, ਤੇ ਭੂਆ ਆ ਗਈ ਵੀ ਚੌਧਰੀ ਕਹਿਣ ਡਿਆ, ਇੱਟਾਂ ਵੱਟੇ ਜੋੜ ਜੋੜ ਕੇ ਮੈਂ ਮਸੀਤ ਬਣਾਈ ਸੀਗੀ, ਤੇ ਮੈਂ ਈਦ ਦੀ ਨਮਾਜ਼ ਵੀ ਉੱਥੇ ਨਹੀਂ ਪੜ੍ਹ ਸਕਿਆ। ਤੇ ਭਾਈ ਆਉਣੀ ਕਹਿਣ ਲੱਗੇ, ਚੌਧਰੀ ਭੂਆ ਜਾ ਉਹਨੂੰ ਭੇਜ, ਆਣ ਕੇ ਉਹ ਨਮਾਜ਼ ਪੜ੍ਹਨ, ਅਸੀਂ ਨੰਗੀਆਂ ਤਲਵਾਰਾਂ ਨਾਲ ਰਾਖੀ ਕਰਾਂਗੇ ਉਹਨਾਂ ਚਿਰ। ਵਾਹ। ਉਹ ਉਹਨਾਂ ਚਿਰ ਮਸੀਤ ਦੇ ਬਾਹਰ ਤਲਵਾਰਾਂ ਲੈ ਕੇ ਮੇਰੇ ਚਾਚੇ ਵੀ ਅਤੇ ਭਾਈ ਉਹਨੇ ਵੀ ਖੜ੍ਹੇ ਰਹੇ। ਉਹਨਾਂ ਨੇ ਪਤਾ ਨਹੀਂ ਨਮਾਜ਼ ਪੜ੍ਹੀ ਕਿ ਨਹੀਂ ਪੜ੍ਹੀ ਜੀ, ਪਰ ਉਹਨੂੰ ਮਸੀਤੇ ਵਾੜ ਦਿੱਤਾ। ਉਸ ਮਸੀਤ ਵਿੱਚ ਬਾਅਦ ਵਿੱਚ ਗੁਰਦੁਆਰਾ ਬਣ ਗਿਆ ਸੀਗਾ ਸਨ 47 ਦੇ ਬਾਅਦ। ਮੈਂ ਹੀ ਉੱਥੇ ਮਹੀਨਾ ਸੁਣਾਉਂਦਾ ਰਿਹਾ ਪਿੰਡ ਦਿਆਂ ਲੋਕਾਂ ਨੂੰ। ਅਤੇ ਉਹ ਇੱਦਾਂ ਦਾ ਹਿਸਾਬ ਕਿਤਾਬ, ਸਨ 47 'ਚ ਬਹੁਤ ਕੁਝ ਵੇਖਿਆ ਜੀ ਜੀ। ਇੱਕ ਰਾਤ ਛੋਟਾ ਸੌ ਵਾਲ ਸਾਡੇ ਤੋਂ ਮੀਲ 1.5 ਮੀਲ ਹਟ ਵਾਡਾ, ਵੱਡੇ ਸੌ ਵਾਲ ਤੇ ਮੇਰੇ ਇਨਲਾਸ ਨੇ ਵਹਿ ਆ ਗਿਆ ਸਾ ਮੈਂ ਜੀ। ਤੇ ਛੋਟੇ ਸੌ ਵਾਲ ਰਾਤ ਕਿਤੇ ਖਬਰ ਸੁਣ ਲਈ ਉਹਨਾਂ ਨੇ, ਉਹ ਗੱਡੀ ਵੱਡੀ ਆ ਗਈ ਹੈ। ਅੱਛਾ ਜੀ, ਤੇ ਉਹ ਪਤਾ ਨਹੀਂ ਕੁਛ ਪਿੰਡਾਂ ਦੇ ਜਥੇ ਪਏ ਉਹਨਾਂ ਨੇ, ਉਹ ਮੁਸਲਮਾਨਾਂ ਦਾ ਪਿੰਡ ਸੀਗਾ, ਰਾਤੋਂ ਰਾਤ ਵੱਢ ਸੁੱਟਿਆ।
ਉਹ ਜਦੋਂ ਵੱਢ ਸੁੱਟਿਆ ਤੇ ਫੇਰ ਲੋਕਾਂ ਨੂੰ ਇਲਾਕੇ ਦੇ ਮੁਸਲਮਾਨਾਂ ਨੂੰ ਪਿੱਸੂ ਪੈ ਗਏ ਵੀ ਹੁਣ ਕੰਮ ਖਰਾਬ ਆ, ਅਸੀਂ ਕਿਤੇ ਮਾਰੇ ਨਾ ਜਾਈਏ। ਉਹ ਚੌਧਰੀ ਨੂੰ ਆਣ ਕੇ ਕਹਿਣ ਲੱਗੇ, ਜਿਹੜੇ ਤੇਰੇ ਪਿੰਡ 'ਚ ਦੋ ਢਾਈ ਘਰ ਨੇ ਰਾਮਗੜੀਆਂ ਦੇ ਤੇ ਕੁਝ ਮਹਿਰਿਆਂ ਦੇ ਸੀਗੇ, ਇਹਨਾਂ ਨੂੰ ਕਿਉਂ ਨਾ ਮੁਕਾ ਲਈਏ। ਚੌਧਰੀ ਕਹਿੰਦਾ ਤੁਸੀਂ ਉਹਨਾਂ ਦੇ ਵੱਢੀ ਜਾਓ, ਤੁਹਾਡੇ ਵੱਢੀ ਜਾਣ, ਗੱਲ ਮੁੱਕੇਗੀ ਕਿੱਥੇ? ਤੁਸੀਂ ਰਾਤ ਵਿੱਚ ਆਪਣੀਆਂ ਜਾਨਾਂ ਬਚਾਓ, ਰਾਤ ਮੇਰੇ ਵਿਹੜੇ ਆ ਜਾਇਆ ਕਰੋ। ਘੁਮਾਂਗ ਥਾਂ 'ਚ ਉਹਦੀ ਕੋਠੀ ਸੀਗੀ, ਉਹਦੇ ਵਿਹੜੇ ਲੋਕ ਸੌਂ ਰਹਿੰਦੇ ਰਹੇ। ਸਾਡੇ ਬੰਦਿਆਂ ਦੇ ਭਾਅ ਦੀ ਮੁਸੀਬਤ ਖੜੀ ਹੋ ਗਈ। ਅੱਛਾ ਜੀ, ਵੀ ਇਹ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਸੁੱਤੇ ਹੁੰਦੇ ਨੇ, ਕਿਤੇ ਰਾਤੋਂ ਰਾਤ ਸਾਨੂੰ ਨਾ ਪੈ ਜਾਣ। ਅੱਛਾ ਜੀ, ਅਤੇ ਸਾਡਾ ਫਿਰ ਇਹ ਹੋਇਆ, ਤਾਇਆ ਜੀ ਉਦੋਂ ਦੀਨਾ ਨਗਰ ਆ ਗਏ ਹੋਏ ਸੀਗੇ ਜੀ, ਅਤੇ ਲੱਕੜ ਦਾ ਕਾਰੋਬਾਰ ਸ਼ੁਰੂ ਹੋ ਗਿਆ ਸੀ ਇੱਥੇ। ਉਹਨਾਂ ਨੇ ਫਿਰ ਲੇਡੀਜ਼ ਨੂੰ, ਬੱਚੀਆਂ ਔਰਤਾਂ ਨੂੰ ਅਤੇ ਬੱਚਿਆਂ ਨੂੰ ਇੱਥੇ ਆਪਣੇ ਕੋਲ ਰੱਖ ਲਿਆ ਜੀ। ਤਿੰਨ ਮੰਜ਼ਿਲਾ ਮਕਾਨ ਸੀਗਾ ਅਤੇ ਬੰਦਿਆਂ ਨੇ ਸਿਰਾਂ ਦੇ ਉੱਤੇ ਬਾਟੀਆਂ ਬੰਨ੍ਹ ਕੇ ਅਤੇ ਮੜਾਸੇ ਦੇ ਵਲੇਟ ਕੇ ਅਤੇ ਢਿੱਡਾਂ 'ਤੇ ਥਾਲ ਬੰਨ੍ਹ ਕੇ, ਅਤੇ ਸਾਡੇ ਘਰ ਵਿੱਚ ਇੱਕ ਜਾਮਨ ਦਾ ਰੁੱਖ ਸੀ, ਨੀਵੀਂ ਜਿਹੀ ਰਸੋਈ ਸੀਗੀ, ਉਹ 'ਤੇ ਚਟਾਈਆਂ ਵੇਚ ਵਿਛਾ ਕੇ ਲੰਮੇ ਪਏ ਰਹਿਣਾ ਵੀ ਜੇ ਛੋਟਾ ਜਥਾ ਹੋਏਗਾ ਤਾਂ ਮੁਕਾਬਲਾ ਕਰ ਲਵਾਂਗੇ, ਅਤੇ ਜੇ ਵੱਡਾ ਹੋਏਗਾ ਨੰਗੀਆਂ ਤਲਵਾਰਾਂ ਕੋਲ ਹੋਣੀਆਂ, ਅਤੇ ਜੇ ਕੋਈ ਵੱਡਾ ਹੋਏਗਾ ਤਾਂ ਅਸੀਂ ਮਗਰ ਕਮਾਦਾਂ ਛਾਲਾਂ ਮਾਰ ਦਿਆਂਗੇ, ਹੋਰ ਕੀ ਹੋਣਾ ਵਾ। ਜੀ ਜੀ ਜੀ, ਇਸ ਤਰ੍ਹਾਂ ਕਰਕੇ ਇੱਕ ਦਿਨ ਭੂਆ ਰੋਂਦੀ ਰੋਂਦੀ ਆ ਗਈ ਵੇ ਕਾਕਾ, ਉਹ ਚੌਧਰੀ ਨੂੰ ਫਲਾਣੇ ਪਿੰਡ ਵਾਲਿਆਂ ਨੇ ਮਨਾ ਲਿਆ ਜੇ ਅਤੇ ਤੁਸੀਂ ਨਾ ਮੰਨਿਓ। ਉਹਨਾਂ ਨੇ ਇਹ ਮਨਾਇਆ ਵੀ ਇਹ ਪੰਜ ਸੱਤ ਜਣੇ, ਪੰਜ ਚਾਰ ਜਣੇ ਵੱਖਰੇ 'ਚੋਂ ਸੌ ਰਹਿੰਦੇ ਨੇ, ਇਹਨਾਂ ਨੂੰ ਸਾਡੇ ਨਾਲ ਹੀ ਪਹਿਰੇ 'ਤੇ ਭੇਜਿਆ ਕਰੋ। 50 ਜਣੇ ਰਾਤ ਪਹਿਰੇ ਜਾਂਦੇ ਸੀਗੇ ਜੀ, ਉਹਨਾਂ ਦਾ ਅੰਦਰ ਖਾਤੇ ਮਤਲਬ ਇਹ ਵੀ ਇਹ ਪੰਜੇ ਚਾਰੇ ਵਿੱਚ ਹੋਣਗੇ, ਇਹ ਵੇਲੇ ਵਲੇਟ ਕੇ ਪਿੱਛੇ ਖਤਮ ਕਰ ਦਿਆਂਗੇ। ਉਹ ਸੱਚੀਮੁੱਚੀ ਚੌਧਰੀ ਉਹਨਾਂ ਦਾ ਆਖਿਆ ਵੇਖਿਆ ਕਹਿਣ ਆ ਗਿਆ ਅਤੇ ਭਾਈ ਉਹਨਾਂ ਕਿਹਾ ਵੀ ਚੌਧਰੀ, ਭੂਆ ਪਹਿਲਾਂ ਸਮਝਾ ਗਈ ਸੀ। ਅੱਛਾ ਜੀ, ਉਹ ਕਹਿਣ ਲੱਗੇ ਵੀ ਚੌਧਰੀ ਗੱਲ ਇਹ ਆ, ਅਸੀਂ ਤੁਹਾਡੇ ਵਿੱਚ ਰਲ ਕੇ ਬੜੇ ਖੁਸ਼ ਹਾਂ, ਪਰ ਮੈਨੂੰ ਇੱਕ ਗੱਲ ਦੱਸੋ ਵੀ ਸਾਡੇ ਘਰਾਂ ਨੂੰ ਕੋਈ ਲੁੱਟ ਕੇ ਲੈ ਗਿਆ ਤਾਂ ਕੌਣ ਜ਼ਿੰਮੇਵਾਰ ਆ? ਚੌਧਰੀ ਕਹਿੰਦਾ ਗੱਲ ਤਾਂ ਤੁਹਾਡੀ ਠੀਕ ਆ, ਅਸੀਂ ਤਾਂ ਡੰਗਰ ਵਾਛੇ ਦੀ ਵੱਛੇ ਦੀ ਰਾਖੀ ਵਾਸਤੇ ਇੱਥੇ ਸੌਂਦੇ ਹਾਂ ਜੀ, ਦਿਨੇ ਹੀ ਚਲੇ ਜਾਂਦੇ ਹਾਂ, ਰਾਤ ਆ ਜਾਂਦੇ ਹਾਂ। ਇੱਕ ਦਿਨ ਉਹ ਜਾ ਰਹੇ ਸਨ ਅਤੇ ਮਸਜਿਦ ਦੇ ਕੋਲ ਮਿਲਟਰੀ ਦੇ ਦੋ ਕੁ ਬੰਦੇ ਰਾਖੀ ਲਈ ਖਲੋਤੇ ਹੋਏ। ਅੱਛਾ ਜੀ, ਅਤੇ ਚੌਧਰੀ ਨੇ ਭਾਈ ਉਹਨਾਂ ਨੂੰ ਕਿਹਾ ਕਾਕਾ ਤੁਸੀਂ ਰੋਜ਼ ਚੱਲ ਜਾਂਦੇ ਹੋ ਅਤੇ ਰੋਜ਼ ਆ ਜਾਂਦੇ ਹੋ, ਜਰਾ ਸੰਭਲ ਕੇ। ਉਹ ਮਿਲਟਰੀ ਵਾਲਾ ਕਹਿਣ ਲੱਗਾ ਸਰਦਾਰ ਜੀ, ਚੌਧਰੀ ਸਾਹਿਬ ਤੁਸੀਂ ਇਹਨਾਂ ਨੂੰ ਕੀ ਸਮਝਿਆ, ਇਹ ਸਿੱਖ ਹੋਣਗੇ, ਗੁਰੂ ਗੋਬਿੰਦ ਸਿੰਘ ਦੇ ਸਕਾਲੇ ਹੋਏ, ਇਹ ਤਾਂ ਦੋਵੇਂ ਜਣੇ ਜੇ ਕਿਤੇ ਪਿੱਠਾਂ ਜੋੜ ਕੇ ਖਲੋ ਜਾਣ ਨਾ ਤਾਂ ਤਲਵਾਰਾਂ ਨੰਗੀਆਂ ਖਿੱਚ ਲੈਣ ਅਤੇ ਤੇਰੀ ਸਾਰੀ ਸਰਵਾਈ ਵੱਢ ਦੇਣ, ਇਹਨਾਂ ਨੂੰ ਫਰਕ ਨਹੀਂ ਗਾ ਪੈਣ ਲੱਗਾ। ਉਹ ਉਹਨਾਂ ਦੇ ਉੱਤੇ ਭਰਮ ਭਾ ਇੱਦਾਂ ਦਾ ਬਣਿਆ ਸੀ, ਜਿਸ ਕਰਕੇ ਅਸੀਂ ਉਹਨਾਂ ਕੋਲੋਂ ਜਾਨ ਬਚਾਉਂਦੇ ਰਹੇ ਅਤੇ ਬਚੇ ਰਹੇ। ਜੀ ਜੀ, ਇੱਥੇ ਦੀਨਾ ਨਗਰ ਵੀ ਬੜੀਆਂ ਬੜੀਆਂ ਘਟਨਾਵਾਂ ਵਾਪਰੀਆਂ ਜੀ ਜੀ ਜੀ, ਤਿੰਨੀਆਂ ਕੁ ਦੱਸਾਂ ਹੁਣ ਮੈਂ, ਬਿਲਕੁਲ ਆਪਣੀ ਆਟੋਬਾਇਓਗ੍ਰਾਫੀ 'ਚ ਮੈਂ ਸਾਰਾ ਕੁਝ ਲਿਖ ਚੁੜਿਆ ਹੋਇਆ। ਬਿਲਕੁਲ, ਤਾਂ ਮੈਨੂੰ ਲੱਗਦਾ ਸ਼ਾਇਦ ਜਿਹੜੀਆਂ ਤੁਹਾਡੀਆਂ ਕਹਾਣੀਆਂ ਵਜੋਂ ਤਾਈ ਮੁਤਾਬੀ ਦੀ ਹੋਰ ਕਹਾਣੀਆਂ ਆਪਾਂ ਕਿਤਾਬ ਤੁਹਾਡੀ ਪੜ੍ਹੀ ਆ ਕੁਝ ਹੋਰ ਤਬਾਂ, ਲਗਭਗ ਉਹ ਪੜ੍ਹਿਆ ਵੀ ਮਹਿਸੂਸ ਹੁੰਦਾ ਵੀ ਇਹ ਕਿਤੇ ਸੱਚੀ ਵਾਪਰਿਆ ਵਾ, ਇਹ 'ਚ ਕਪੋਲ ਕਲਪਨਾ ਨਹੀਂ ਹੈਗੀ, ਇਹਦੇ ਵਿੱਚ ਤੁਹਾਡੇ ਫਿਰ ਕਰੈਕਟਰ ਜਾਂ ਜਿਹੜੇ ਪਾਤਰ ਕਹਾਣੀਆਂ ਦੇ ਆ ਫਿਰ ਉਹ ਸੱਚੇ। ਵੈਸੇ ਮੇਰਾ ਵਿਸ਼ਵਾਸ ਇਹ ਆ ਜੀ ਕਿ ਪੁਰਾਣਿਆਂ ਵਕਤਾਂ ਦਾ ਜਿਹੜਾ ਲਿਟਰੇਚਰ ਸੀ ਉਹ ਤਾਂ ਨਿਰੀ ਕਲਪਨਾ ਹੁੰਦੀ ਸੀ। ਹਾਂਜੀ, ਨਾਵਾਂ ਅਤੇ ਥਾਵਾਂ ਤੋਂ ਇਲਾਵਾ ਬਾਕੀ ਸਾਰਾ ਕਲਪਨਾ ਹੀ ਹੁੰਦੀ ਸੀ। ਪਰ ਹੁਣ ਵੀ ਤੁਸਾਂ ਕੁਝ ਵੀ ਲਿਖਣਾ ਹੋਵੇ ਜੀ, ਉਹਦੇ ਵਿੱਚ ਤੁਸੀਂ ਸੋਨੇ ਦਾ ਗਹਿਣਾ ਬਣਾਉਣਾ ਹੋਵੇ ਅਤੇ
ਤਿੰਨ ਰਾਤੀਆਂ ਬਾਅਦ ਤੇ ਪਾਉਣਾ ਹੀ ਪੈਂਦਾ, ਬਿਲਕੁਲ, ਨਹੀਂ ਤੇ ਗਹਿਣਾ ਨਹੀਂ ਬਣਦਾ, ਨਹੀਂ ਬਣਦਾ। ਇਸ ਕਰਕੇ ਉਹਦੇ 'ਚ ਥੋੜ੍ਹੀ ਬਹੁਤੀ ਕਲਪਨਾ ਦੀ ਮੇਸਰ ਲਾਈ ਜਾਂਦੀ ਹੈ, ਬਹੁਤੀ ਗੱਲ ਵਾਪਰੀ ਹੋਈ ਹੁੰਦੀ ਹੈ ਜੀ, ਜਿਹੜੀ ਤੁਸਾਂ ਗੱਲ ਕਹੀ ਆ ਜੀ, ਬਹੁਤ ਸਾਰੀਆਂ ਕਹਾਣੀਆਂ ਜ਼ਿੰਦਗੀ 'ਚ ਵਾਪਰੀਆਂ ਨੇ। ਜੇ ਤੁਸੀਂ ਕਿਸੇ ਦਾ ਨਾਂ ਲਵੋ ਜੀ, ਤੇ ਮੈਂ ਤੁਹਾਨੂੰ ਦੱਸ ਵੀ ਸਕਦਾ ਵੀ ਇਹ ਫਲਾਣੇ ਵੇਲੇ ਘਟੀ ਸੀ, ਤੇ ਉਹਦੇ ਉੱਤੇ ਇੰਨੀ ਕੁ ਕਲਪਨਾ ਜੋੜ ਲਈ ਜੀ, ਤਾਂ ਕਿ ਉਹ ਕਹਾਣੀ ਬਣ ਜਾਵੇ, ਬਿਲਕੁਲ, ਉਹ ਪੜ੍ਹਨ ਦੇ ਲਾਇਕ। ਜਿਵੇਂ ਜ਼ਿਕਰ ਕੀਤਾ ਤੁਸੀਂ ਕਿ ਪਾਕਿਸਤਾਨ 1947 ਦੇ ਵੇਲੇ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ, ਤੁਸੀਂ ਜਿੰਨਾ ਕੁਛ ਜ਼ਿਕਰ ਕੀਤਾ ਉਹਦੇ ਵਿੱਚ ਚੰਗੀਆਂ ਦਾ ਤੁਸੀਂ ਜ਼ਿਕਰ ਕੀਤਾ, ਬਚਾਅ ਪੱਖ ਦੀ ਗੱਲ ਕੀਤੀ, ਨਮਾਜ਼ ਅਦਾ ਕਰਨ ਵਿੱਚ ਸਿੱਖਾਂ ਨੇ ਜੋ ਮਦਦ ਕੀਤੀ ਉਹਦੀ ਗੱਲ ਕੀਤੀ, ਪਰ ਮੈਂ ਜਦੋਂ 1947 ਦਾ ਵਾਕਿਆ ਪੜ੍ਹਦਿਆਂ ਤਾਂ ਐਸਾ ਬਹੁਤ ਘੱਟ ਮਿਲਦਾ ਵਾ ਕਿ ਜਿਹੜੇ ਚੰਗੀਆਂ ਘਟਨਾਵਾਂ ਵੀ ਲੇਖਕਾਂ ਨੇ ਲਿਖੀਆਂ ਹੋਣ, ਜ਼ਿਆਦਾ ਵੱਢ ਟੁੱਕ ਦੀਆਂ ਘਟਨਾਵਾਂ ਲਿਖ ਕੇ ਹੀ ਜਿਹੜਾ ਜਾਂ ਹਮਦਰਦੀ ਇਕੱਠੀ ਕਰਨ ਵਾਸਤੇ ਉਹ ਇੱਦਾਂ ਹੀ ਕਿਉਂ ਹੋਇਆ? ਤੁਸੀਂ 1947 ਦੇ ਬਾਰੇ ਸੱਦ ਤਾਂ ਸਨ ਮੰਟੋ ਨੂੰ ਪੜ੍ਹ ਲਓ, ਹਾਂਜੀ, 1947 ਦੇ ਬਾਰੇ ਕੁਲਵੰਤ ਸਿੰਘ ਵਿਰਕ ਨੂੰ ਪੜ੍ਹ ਲਓ, ਅੱਛਾ, ਬਹੁਤ ਕੁਛ ਪਤਾ ਲੱਗ ਜਾਏਗਾ। ਬਿਲਕੁਲ, ਮੈਂ ਵੀ ਥੋੜ੍ਹਾ ਬਹੁਤਾ ਲਿਖਿਆ ਉਹਦੇ ਬਾਰੇ ਜੀ, ਚੰਗਾ ਵੀ ਲਿਖਿਆ ਅਤੇ ਮਾੜਾ ਵੀ ਲਿਖਿਆ ਜੀ, ਅਤੇ ਆਟੋਬਾਇਓਗ੍ਰਾਫੀ 'ਚ ਮੈਂ ਲਿਖਿਆ ਕਿ ਦੀਨਾਨਗਰ ਰਹਿੰਦੇ ਸਾਂ ਜੀ, ਅਤੇ ਇਹ 2.5 ਦਿਨ ਕਿਉਂਕਿ ਪਾਕਿਸਤਾਨ 'ਚ ਆ ਗਿਆ ਸੀ ਜੀ, ਅਤੇ ਮੁਸਲਮਾਨ ਭਰ ਮਰਦਾਨੇ ਬੈਠੇ ਸੀ ਵੀ ਅਸੀਂ ਨਹੀਂ ਜਾਣਾ, ਅਤੇ ਸ਼ਿਵ ਸੈਨਾ ਵਾਲੇ ਸੋਚਦੇ ਵੀ ਇਹ ਨਿਕਲਣ, ਜਿਸ ਵੇਲੇ ਉਹ ਹਿੰਦੁਸਤਾਨ 'ਚ ਆ ਗਿਆ ਜੀ, ਅਤੇ ਫਿਰ ਉਹ ਅਵਾਂਖੇ ਵਾਲੇ ਪਾਸੇ ਕੁਛ ਆ ਜਿਹਾ ਮਕਾਨ ਆ, ਕਿਸੇ ਵੇਲੇ ਟੈਲੀਫੋਨ ਐਕਸਚੇਂਜ ਵੀ ਰਿਹਾ ਉਹਦੇ 'ਚ, ਅੱਛਾ ਜੀ, ਉਸ ਮਕਾਨ ਦੇ ਤਹਿਖਾਨੇ ਵਿੱਚ ਉਹ ਕਿਸੇ ਹੋਰ ਸੀਰ ਦਾ ਮਕਾਨ ਸੀਗਾ, ਅੱਛਾ ਜੀ, ਅਤੇ ਮੁਸਲਮਾਨਾਂ ਨੇ ਗ੍ਰਨੇਡ ਜਮ੍ਹਾਂ ਕੀਤੇ ਸੀ, ਅੱਛਾ ਜੀ, ਇਹਨਾਂ ਨੂੰ ਪਤਾ ਲੱਗ ਗਿਆ ਕਿਤੇ ਸ਼ਿਵ ਸੈਨਾ ਵਾਲਿਆਂ ਨੂੰ ਜੀ, ਇਹਨਾਂ ਨੇ ਰਾਤੋ ਰਾਤ ਮਿੱਟੀ ਦੇ ਪੀਪੇ ਸੁੱਟ ਕੇ ਉਹਨੂੰ ਅੱਗ ਲਾ ਦਿੱਤੀ, ਦਿਨ ਚੜ੍ਹਦੇ ਨੂੰ ਧੜਲ 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 ਆਵਾਜ਼ਾਂ ਆਉਣ ਡਈਆਂ ਸੀ ਜੀ ਜੀ ਜੀ, ਅਤੇ ਮਗਰਾਲੇ ਵਾਲਾ ਜਿਹੜਾ ਨਾ ਰੇਲਵੇ ਦਾ ਫਾਟਕ ਜੀ, ਉਹਦੇ ਥਾਣੀ ਇਸ ਤਰੀਕੇ ਨਾਲ ਜਾ ਰਹੇ ਸੀ ਲੋਕ, ਪੰਡਾਂ ਗੰਢ ਗੰਢ ਗੁਠੜੀਆਂ ਚੁੱਕੀਆਂ ਹੋਈਆਂ ਜੀ, ਭਈ ਜਿੱਦਾਂ ਇਜ਼ਰੇਲਾਈਟਸ, ਇਜ਼ਰਾਈਲ ਦੇ ਲੋਕ, ਤੁਹਾਨੂੰ ਪਤਾ ਵੀ ਜਦੋਂ ਆਜ਼ਾਦ ਹੋਏ ਨੇ ਤਾਂ ਕਿੱਦਾਂ ਤੁਰੇ ਸੀ, ਬਿਲਕੁਲ ਬਿਲਕੁਲ ਬਿਲਕੁਲ, ਉਹ ਤਿਲ ਮਾਰਿਆ ਭੁੰਜੇ ਨਹੀਂ ਸੀ ਪੈਂਦਾ ਜੀ ਜੀ ਜੀ, ਅਤੇ ਉੱਧਰੋਂ ਸਾਹਮਣਿਓ ਹੀ ਇੱਕ ਆਪਣੇ ਨਾ ਇੱਕ ਮਕਾਨ ਦੇ ਛੱਤ ਦੇ ਓਟੇ ਉੱਤੇ ਮੰਜਾ ਜਿਹਾ ਪਾ ਕੇ ਅਤੇ ਉੱਥੇ ਖੇਤ ਪਾਇਆ ਹੋਇਆ ਜੀ, ਉਹਦੇ ਓਹਲੇ 'ਚੋਂ ਉਹ ਬੰਦਾ ਗੋਲੀਆਂ ਮਾਰ ਰਿਹਾ ਸੀ ਵੀ ਤਾਏ ਨੂੰ ਸਿੱਧੀ ਗੋਲੀ ਵੱਜ ਜਾਵੇ, ਉਹ ਵੱਜੀ ਨਹੀਂ, ਅੱਛਾ ਜੀ, ਅਤੇ ਮੇਰੇ ਵੇਖਦਿਆਂ ਇਹ ਘਟਨਾ ਮੈਂ ਆਟੋਬਾਇਓਗ੍ਰਾਫੀ 'ਚ ਲਿਖੀ ਆ ਜੀ, ਇਹ ਘਟਨਾ ਇਹ ਵਾਪਰੀ ਵੀ ਇੱਕ ਗੁਜਰਾ ਆ ਗਿਆ, ਅੱਛਾ, ਉਹ ਗੁਜਰਾਂ ਗਲੀ ਸੀਗੀ ਜਿੱਥੇ ਰਹਿੰਦੇ ਸਾਂ ਜੀ, ਉਹਦਾ ਨਾਂ ਹੀ ਗੁਜਰਾਂ ਗਲੀ ਹੈ ਜੀ, ਹੁਣ ਵੀ ਨਾਂ ਇਹੋ ਹੀ ਆ, ਅਤੇ ਉਹ ਇੱਕ ਗੁਜਰ ਆ ਗਿਆ, ਉਹਦੇ ਨਾਲ ਦੋ ਕੁੜੀਆਂ ਸੀ ਉਹਦੀਆਂ ਧੀਆਂ, ਉਹ ਬਹੁਤ ਸੋਹਣੀਆਂ ਸੀਗੀਆਂ ਜੀ, ਉਹ ਆਣ ਕੇ ਅਤੇ ਤਾਏ ਨੂੰ ਕਹਿੰਦਾ ਸਰਦਾਰ ਜੀ ਤੁਸੀਂ ਸਾਡੀਆਂ ਇੱਜ਼ਤਾਂ ਬਚਾਉਂਦੇ ਰਹੇ ਹੋ, ਅੱਜ ਵੀ ਜੇ ਹੋ ਸਕੇ ਤਾਂ ਮੇਰੀਆਂ ਧੀਆਂ ਦੀ ਇੱਜ਼ਤ ਕਿਸੇ ਤਰ੍ਹਾਂ ਬਚਾ ਲਓ, ਕਿਸੇ ਤੂੜੀ ਦੇ ਘੁੱਪ 'ਚ ਹੀ ਲੁਕਾ ਲਓ ਇਹਨਾਂ ਨੂੰ, ਜ਼ਾਲਮਾਂ ਦੇ ਇਹਨਾਂ ਨੇ ਤੂੰਬੇ ਤੋੜ ਦੇਣੇ ਆ, ਉਹ ਤਾਇਆ ਵੇਖ ਕੇ ਨਾ ਉਹਦੇ ਵੱਲ ਉਹਨੇ ਪੱਗ ਲਾ ਕੇ ਪੈਰਾਂ 'ਤੇ ਰੱਖੀ, ਅਤੇ ਤਾਏ ਨੇ ਚੁੱਕ ਕੇ ਪੱਗ ਉਹਦੇ ਸਿਰ 'ਤੇ ਰੱਖ ਦਿੱਤੀ, ਅਤੇ ਤਾਏ ਦੀਆਂ ਅੱਖਾਂ 'ਚ ਵੀ ਗਲੇਡੂ ਆ ਗਏ, ਅਤੇ ਉਹ ਕਹਿਣ ਲੱਗਾ ਮਹਿਰ ਅੱਜ ਮੇਰੀ ਵੀ ਪੇਸ਼ ਨਹੀਂ ਹੋ ਜਾਂਦੀ, ਅਤੇ ਉਹ ਰੋਂਦੀਆਂ ਕੁੜੀਆਂ ਨੂੰ ਲੈ ਕੇ ਗੁਜਰ ਚਲਾ ਗਿਆ, ਮੈਂ ਵੀ ਰੋ ਲਿਆ ਸੁਣ ਕੇ ਉਹਨਾਂ ਦੀ ਗੱਲ, ਅਤੇ ਮੈਂ ਛੋਟਾ ਜਿਹਾ ਸਾਂ ਉਦੋਂ, ਅਤੇ ਉਹ ਚਲਾ ਗਿਆ, ਉਹਨਾਂ ਕੁੜੀਆਂ ਦਾ ਕੀ ਹਸ਼ਰ ਹੋਇਆ ਹੋਵੇਗਾ ਇਹ ਸਾਨੂੰ ਨਹੀਂ ਪਤਾ ਜੀ, ਪਰ ਇਹੋ ਜਿਹੀਆਂ ਘਟਨਾਵਾਂ ਵੀ ਵੇਖੀਆਂ ਨੇ ਕਿਤੇ, ਇੱਦਾਂ ਵੀ ਵੇਖੋ ਮੈਨੂੰ ਇੱਦਾਂ ਵੀ ਕਈ ਵਾਰ ਮਹਿਸੂਸ ਕਰਦਾ ਵੀ ਰਾਜਨੀਤਿਕ ਆਗੂਆਂ ਦੀਆਂ ਗਲਤੀਆਂ ਤਾਂ ਸੀ, ਦੂਜੇ ਨੰਬਰ 'ਤੇ
ਫਿਰਕੂਵਾਦ ਜਿਹੜਾ ਸੀ ਮਤਸਵ ਪੜਾ ਸੀਗਾ ਕਿਸੇ ਵੀ ਧਰਮ ਦਾ ਹੋਵੇ ਉਹਨੇ ਵੀ ਨੁਕਸਾਨ ਕੀਤਾ। ਪਰ ਜਿਹੜੀ ਆਮ ਲੋਕਾਂ ਦੇ ਵਿੱਚ ਜਿਹੜੀ ਨਫ਼ਰਤ ਪੈਦਾ ਹੋਈ ਉਹਦੇ ਵਿੱਚ ਅਫਵਾਹਾਂ ਦਾ ਹੀ ਬਹੁਤ ਕੰਮ ਰਿਹਾ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ ਕਿ ਸਾਡੇ ਲੋਕ ਮੂਰਖ ਨੇ। ਜਦੋਂ ਤੁਸੀਂ ਸਿਫਤ ਕਰੋਗੇ ਨਾ ਸਾਡੇ ਵੱਡੇ ਵਡੇਰੇ ਬੜੇ ਚੰਗੇ ਸੀਗੇ ਜੀ, ਤੇ ਮੇਰੇ ਮੂੰਹੋਂ ਨਿਕਲ ਜਾਣਾ ਵੀ ਸਵਾਹ ਚੰਗੇ ਸੀ। ਜੋ ਚੰਗੇ ਹੁੰਦੇ ਤੇ ਦੁਸ਼ਮਣੀਆਂ ਕਿਉਂ ਸੇੜਦੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਬਚਪਨ ਵਿੱਚ ਹੀ ਸਨ 47 ਤੋਂ ਪਹਿਲਾਂ ਸਾਲ 2 ਸਾਲ ਜੀ ਮੈਂ ਜਿਹੜੇ ਸਕੂਲੇ ਪੜ੍ਹਨ ਜਾਂਦਾ ਸਾਂ, ਮੁਸਲਮਾਨ ਮੁੰਡੇ ਮੈਨੂੰ ਰਾਤ ਜਿੱਦਾਂ ਤੰਗ ਕਰਦੇ ਸੀ। ਇੱਕ ਸਕੂਲ ਦੇ ਮੈਗਜ਼ੀਨ ਵਿੱਚ ਮੈਂ ਕਹਾਣੀ ਲਿਖੀ ਸੀ ਦੀਨਾ ਭੂਤ। ਅੱਛਾ ਜੀ। ਉਹ ਵੀ ਮੇਰੇ ਨਾਲ ਵਾਪਰੀ ਹੋਈ ਘਟਨਾ ਸਮਝ ਲਓ। ਅਤੇ ਮੁਸਲਮਾਨ ਮੁੰਡੇ ਮੈਨੂੰ ਇਕੱਲਾ ਸਿੱਖ ਮੁੰਡਾ ਸਾਂ ਉਹਨਾਂ 'ਚ, ਮੈਨੂੰ ਜਿੱਦਾਂ ਤੰਗ ਕਰਦੇ ਸੀ। ਬਚਪਨ ਵਿੱਚ ਮੈਂ ਮੁਸਲਮਾਨ ਮਤਸਵਾਦ ਵੀ ਵੇਖਿਆ। ਇੱਥੇ ਸਨ 57 ਜਦੋਂ ਮੈਂ ਪੰਜਾਬੀ ਟੀਚਰ ਲੱਗਾ ਜੀ, ਇੱਥੇ ਮੈਂ ਹਿੰਦੂ ਮਤਸਵ ਵੇਖ ਲਿਆ। ਪੰਜਾਬ ਦੇ ਕਾਲੇ ਦਿਨਾਂ ਵਿੱਚ ਮੈਂ ਸਿੱਖ ਮਤਸਵ ਵੇਖ ਲਿਆ। ਹੁਣ ਮੈਂ ਕਿਹਨੂੰ ਪਸੰਦ ਕਰਾਂ ਜੀ? ਇਸ ਕਰਕੇ ਮੈਂ ਸਰਬ ਸਾਂਝਾ ਜਿਹਾ ਬਣ ਗਿਆ ਹੋਇਆ, ਅਤੇ ਮੈਂ ਕੱਟੜਤਾ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਮੈਨੂੰ ਪਸੰਦ ਨਹੀਂ ਆਉਂਦੀ। ਨਿੱਜੀ ਤੌਰ 'ਤੇ ਤੁਸੀਂ ਜਿਹਨੂੰ ਮੰਨਣਾ ਮੰਨੀ ਜਾਓ, ਜਿੱਥੇ ਮੱਥਾ ਟੇਕਣਾ ਟੇਕੀ ਜਾਓ, ਉਹ ਤੁਹਾਡਾ ਨਿੱਜੀ ਮਸਲਾ ਹੋਣਾ ਚਾਹੀਦਾ। ਉਹਨੂੰ ਸਾਡੇ ਸਮਾਜਿਕ ਮਸਲਿਆਂ 'ਚ ਇੰਟਰਫੀਅਰ ਨਹੀਂ ਕਰਨ ਦੀ ਗੁੰਜਾਇਸ਼ ਹੋਣੀ ਚਾਹੀਦੀ। ਉਹ ਬੜੇ ਮੂਰਖ ਲੋਕ ਸੀਗੇ ਜਿਹਨਾਂ ਧਰਮਾਂ ਦੇ ਨਾਂ ਦੇ ਉੱਤੇ ਪਾਕਿਸਤਾਨ ਬਣਾ ਕੇ ਅਤੇ ਹਿੰਦੁਸਤਾਨ ਬਣਾ ਕੇ ਵੰਡਾਂ ਪਾ ਲਈਆਂ। ਚਾਹੇ ਹਿੰਦੂਆਂ ਦਾ ਕਸੂਰ ਸੀ, ਚਾਹੇ ਸਿੱਖਾਂ ਦਾ ਸੀ, ਚਾਹੇ ਮੁਸਲਮਾਨਾਂ ਦਾ ਸੀ, ਮੈਂ ਕਿਸੇ ਇੱਕ ਦਾ ਜ਼ਿਕਰ ਨਹੀਂ ਕਰਦਾ। ਮੈਂ ਵੈਸੇ ਕਹਾਂਗਾ ਮੂਰਖ ਲੋਕ ਸੀਗੇ ਵੀ ਯੁਗਾਂ ਤੋਂ ਆਰਾਮ ਨਾਲ ਬੈਠੇ ਹੋਏ, ਅਤੇ ਜਿਹਨਾਂ ਦੀ ਦੰਦ ਟੋਕ ਵੀ ਰੋਟੀ ਸੀਗੀ ਆਪਸ ਵਿੱਚ, ਉਹ ਦੁਸ਼ਮਣ ਬਣ ਗਏ। ਹਾਂਜੀ, ਸਿਰਫ ਮਜ਼ਹਬ ਨੇ ਬਣਾਇਆ ਨਾ ਜੀ ਜੀ ਜੀ। ਆ ਹੁਣ ਦੀਨਾ ਨਗਰ ਜਿਹੜਾ ਤੁਸੀਂ ਏਰੀਆ ਵੇਖ ਰਹੇ ਹੋ ਜੀ, ਇਸ ਵੇਲੇ ਪੰਜਾਬੀ ਸੂਬੇ ਦਾ ਮੈਨੂੰ ਡਾਕਟਰ ਸੁਰੇਸ਼ ਮਹਿਤਾ ਲੈ ਗਏ ਪੰਜਾਬੀ ਦਿਵਸ ਮਨਾਉਣਾ। ਅੱਛਾ ਜੀ। ਮੈਂ ਉੱਥੇ ਜਾ ਕੇ ਇੱਕ ਗੱਲ ਮੇਰੇ ਮੂੰਹੋਂ ਨਿਕਲ ਗਈ। ਹਾਂਜੀ। ਮੈਂ ਕਟੋਰੀ ਬੰਗਲੇ, ਅਸੀਂ ਸਾਜ ਸਭਾ ਦੀਆਂ ਮੀਟਿੰਗਾਂ ਕਰਦੇ ਰਹੇ ਹਾਂ, ਠੀਕ ਹੈ, ਕਟੋਰੀ ਬੰਗਲੇ ਤੱਕ ਪੰਜਾਬ ਆ। ਅੱਛਾ ਜੀ। ਅੱਗੋਂ ਕੋਈ ਕੰਧ ਕੱਢੀ ਆ ਵੀ ਅੱਗੋਂ ਪੰਜਾਬੀ ਬੰਦ ਹੋ ਗਈ ਆ ਜੀ। ਹਾਂਜੀ। ਉਦੋਂ ਅਗਲੇ ਪਾਸੇ ਵੱਲ ਦੇ ਲੋਕ ਜਿਹੜੇ ਨੇ, ਮੈਂ ਸਾਰਾ ਕਾਂਗੜਾ ਹਿਮਾਚਲ ਸਾਰਾ ਅਤੇ ਜੰਮੂ ਦਾ ਇਲਾਕਾ ਵੀ ਫਿਰ ਤੁਰ ਕੇ ਵੇਖਿਆ ਹੋਇਆ ਜੀ। ਉਹ ਲੋਕ ਬੜੀ ਸੋਹਣੀ ਪੰਜਾਬੀ ਬੋਲਦੇ ਨੇ। ਉਹਨੂੰ ਵਿਦਿਆ ਭਾਸਕਰ ਅਰਣ ਦਾ ਮੈਂ ਨਾਂ ਲਿਆ ਸੀਗਾ, ਸ਼੍ਰੀ ਹਰਗੋਬਿੰਦਪੁਰ ਦਾ ਹੋਇਆ ਜੀ। ਉਹਨੇ ਭਾਸ਼ਾ ਵਿਭਾਗ ਦੇ ਆਪਣੇ ਭਾਸ਼ਾ ਵਿਗਿਆਨ 'ਤੇ ਕਿਤਾਬ ਲਿਖੀ ਸੀ। ਉਹਨੇ ਜਿਹੜੀਆਂ 18 ਉਪ ਭਾਸ਼ਾਵਾਂ ਲਿਖੀਆਂ, ਉਹਨਾਂ 'ਚ ਪਹਾੜੀ ਵੀ ਹੈ, ਕੰਡਿਆਲੀ ਵੀ ਹੈਗੀ ਆ, ਡੋਗਰੀ ਵੀ ਹੈਗੀ ਆ। ਜਿੱਦਾਂ ਸਾਡੇ ਨਾਲੋਂ ਮਲਵਈ ਦਾ ਫਰਕ ਆ, ਉੱਦਾਂ ਉਹਨਾਂ ਦਾ ਵੀ ਸਾਡੇ ਨਾਲੋਂ ਫਰਕ ਹੈਗਾ, ਅਤੇ ਉਹਨਾਂ ਕੁ ਤਾਂ ਫਰਕ ਹੋਣਾ ਹੀ ਹੋਣਾ ਵਾ। ਨਾਲ ਦੇ ਪਿੰਡ ਦੀ ਭਾਸ਼ਾ ਵੱਖਰੀ ਹੋ ਜਾਂਦੀ ਹੈ ਕਈ ਵਾਰੀ, ਕਈ ਇੱਕ ਪਰਿਵਾਰ ਦੀ ਅਤੇ ਦੂਜੇ ਪਰਿਵਾਰ ਦੀ ਭਾਸ਼ਾ 'ਚ ਫਰਕ ਹੁੰਦਾ ਜੀ ਜੀ ਜੀ। ਅਤੇ ਇਸ ਕਰਕੇ ਉਹ ਫਰਕ ਤਾਂ ਉਹਨਾਂ ਕੋਲ ਹੋਣਾ ਹੀ ਆ। ਇੰਨੀ ਗੱਲ ਪਿੱਛੇ ਨਫ਼ਰਤ ਕਰੀ ਜਾਈਏ, ਅਸੀਂ ਭਾਸ਼ਾ ਨੂੰ ਧਰਮਾਂ ਨਾਲ ਬੰਨਣ ਦਾ ਜਿਹੜਾ ਅਪਰਾਧ ਕੀਤਾ, ਮੈਂ ਇਹਨੂੰ ਅਪਰਾਧ ਕਹਿੰਦਾ, ਬਿਲਕੁਲ ਅਪਰਾਧ। ਉਹਦੇ 'ਚ ਸਭ ਤੋਂ ਬਹੁਤਾ ਨੁਕਸਾਨ ਪੰਜਾਬੀ ਨੂੰ ਹੋਇਆ। ਸਾਡੇ ਮੁੰਡੇ ਮਹਿੰਦਰਗੜ੍ਹ ਤੱਕ ਨੌਕਰੀਆਂ ਕਰਦੇ ਸੀਗੇ ਜੀ, ਇੱਧਰ ਲਾਹੌਲ ਸਪੀਤੀ ਤੱਕ। ਮੈਂ ਕਿਸੇ ਵੇਲੇ ਲਾਹੌਲ ਸਪੀਤੀ ਜਾਣ ਦੀ ਸੋਚ ਰਿਹਾ ਸਾਂ, ਪੇ ਪੁਆਇੰਟ ਉੱਥੇ ਟ੍ਰਾਂਸਫਰ ਕਰਵਾ ਲਾ, ਡਬਲ ਤਨਖਾਹ ਮਿਲਦੀ ਸੀਗੀ। ਅਤੇ ਇੱਥੋਂ ਤੱਕ ਸਾਡੇ ਲੋਕ ਪੰਜਾਬੀ ਪੜ੍ਹਾਉਂਦੇ ਸੀਗੇ,
ਹੁਣ ਰਹਿ ਗਈ ਇੰਨੇ ਕਿਸਾਨ 'ਚ ਸੂਬੀ ਜਿਹੀ। ਪਾਕਿਸਤਾਨ ਤੋਂ ਪਹਿਲਾਂ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਹਿ ਲਓ, ਦੀਨਾ ਨਗਰ, ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹਨੂੰ ਗਰਮੀਆਂ ਦੀ ਰਾਜਧਾਨੀ ਕਹਿੰਦੇ ਨੇ। ਵਾਹ, ਠੀਕ ਹੈ। ਇੱਥੇ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਅੰਬਾਂ ਦੀ ਰੁੱਤੇ ਆਉਂਦਾ ਰਿਹਾ। ਅੱਛਾ ਜੀ। ਮਹਾਰਾਜਾ ਰਣਜੀਤ ਸਿੰਘ ਦੇ 18 ਕੁ ਵਿਆਹ ਸੀਗੇ। ਹਾਂਜੀ। ਅਤੇ ਉਹਦੀ ਇੱਕ ਸੱਸ ਦੀ ਰਿਆਸਤ ਸੀ। ਅੱਛਾ ਜੀ। ਉਹ ਇੱਥੇ ਆਉਂਦਾ ਹੁੰਦਾ ਸੀ ਅਤੇ ਪਾਣੀ ਨਹੀਂ ਦੀਨਾ ਨਗਰ ਦਾ ਪੀਂਦਾ। ਮੈਂ ਤੁਹਾਨੂੰ ਦੱਸਿਆ ਨਿਕਾਸੀ ਬੜੀ ਸਾਫ਼ ਹੁੰਦੀ ਸੀਗੀ। ਹਾਂਜੀ ਜੀ। ਇਹਦਾ ਪਾਣੀ ਲੋਕ ਵਰਤਦੇ ਸੀ ਅਤੇ ਉਹ ਪਾਣੀ ਉਹਦੇ ਲਈ ਕਿਤੋਂ ਬਾਹਰੋਂ ਆਉਂਦਾ ਸੀਗਾ ਕਿਉਂਕਿ ਦੀਨਾ ਨਗਰ ਦਾ ਪਾਣੀ ਖਾਰਾ ਅਤੇ ਭਾਰਾ ਸੀ। ਜਿਹੜਾ ਦੀਵਾਰਾਂ ਦੇ ਅੰਦਰ ਅਦੀਨਾ ਬੇਗ ਨਾਂ ਦਾ ਹੋਇਆ ਇੱਕ ਨਵਾਬ, ਜਲੰਧਰ ਦਾ ਨਵਾਬ, ਉਹਨੇ ਸ਼ਹਿਰ ਵਸਾਇਆ ਸੀਗਾ। ਅੱਛਾ ਜੀ। ਅਤੇ ਮੈਂ ਉਹ ਪੁਰਾਣੀ ਮਸਜਿਦ ਅਤੇ ਪੁਰਾਣੇ ਮਹੱਲ ਦੇ ਖੰਡਰਾਤ ਆਪਣੀ ਅੱਖੀ ਵੇਖੇ ਨੇ। ਸਾਡੇ ਮਠਾਰੂ ਨਿਵਾਸ ਦੇ ਮਗਰ ਮਗਰ ਇੱਕ ਨਹਿਰ ਜੀ ਵਗਦੀ ਸੀਗੀ। ਅੱਛਾ। ਅਤੇ ਉਹ ਆ ਬਿਜਲੀ ਜਿਹੜਾ ਕਮੇਟੀ ਘਰ ਆ ਦੀਨਾ ਨਗਰ ਦਾ, ਇਹਦੇ ਮਗਰੋਂ ਵੀ ਉਹ ਨਹਿਰ ਜਾਂਦੀ ਸੀਗੀ। ਜੀ ਜੀ। ਅਤੇ ਉਹ ਉਸ ਨਹਿਰ ਦੇ ਵਿੱਚ ਉਹ ਰਾਤ ਨੂੰ ਇਹ ਕਮੇਟੀ ਘਰ 'ਚ ਉਹਦਾ ਇਸ਼ਨਾਨ ਗ੍ਰਹਿ ਸੀਗਾ। ਅੱਛਾ ਜੀ। ਅਤੇ ਇਹਦੀ ਬੈਕ ਸਾਈਡ ਦੇ ਉੱਤੇ ਇੱਕ ਬਾਰਾਂਦਰੀ ਬਣੀ ਸੀ ਬਾਗਾਂ ਜਿਹਾਂ 'ਚ, ਉਹ ਉਹਨਾਂ ਦਾ ਮਹੱਲ ਸੀਗਾ। ਅਤੇ ਇਹ ਅਯਾਸ਼ੀ ਦਾ ਕੇਂਦਰ ਬਣਾਇਆ ਹੁੰਦਾ ਸੀ ਸਾਰਾ। ਅਤੇ ਉੱਦਾਂ ਦੀਨਾ ਨਗਰ ਇੱਕ ਰਿਵਾਜ਼ ਹੁੰਦਾ ਸੀਗਾ ਕਿ ਇੱਥੋਂ ਜਿੱਦਾਂ ਰਿਵਾਜ਼ ਹੁੰਦਾ ਨਾ ਵੀ ਪਿੰਡ ਦਾ ਜਵਾਈ ਭਾਈ ਹੈ ਅਤੇ ਇਹਦੀ ਰੋਟੀ ਵਰਜੋ, ਲਾਲੇ ਸੌਖੇ ਸੀਗੇ ਜੀ, ਉਹ ਰੋਟੀ ਵਰਜਦੇ ਹੁੰਦੇ ਸੀ। ਅੱਛਾ ਜੀ। ਇੱਕ ਖੁਸ਼ੀ ਰਾਮ ਨਾਂ ਦਾ ਗਿੱਲੜਾ, ਖੁਸ਼ੀ ਰਾਮ ਗਿੱਲੜਾ ਸਾਡੇ ਕੋਲ ਆਰੇ 'ਤੇ ਬੈਠਦਾ ਹੁੰਦਾ ਸੀ। ਅੱਛਾ ਜੀ। ਉਹ ਆਪਣੇ ਬਾਬੇ ਦੇ ਹਵਾਲੇ ਨਾਲ ਇਹ ਗੱਲਾਂ ਸੁਣਾਉਂਦਾ ਹੁੰਦਾ ਸੀ। ਅੱਛਾ ਜੀ। ਅਤੇ ਉਹਨਾਂ ਲਾਲਿਆਂ ਨੇ ਰੋਟੀ ਖਿਲਾਉਣੀ, ਰੋਟੀ ਮਹਾਰਾਜ ਜੀ ਕਿਹੜੀ ਸੌਖੀ ਹੁੰਦੀ, 500-400 ਸਿਪਾਹੀ ਵੀ ਨਾਲ ਹੋਣੇ ਦੇ ਨਾਲ, ਹਾਂਜੀ ਇੱਕ ਹਾਥੀ ਘੋੜੇ ਵੀ ਹੋਣੇ, ਪਰ ਬੜੇ ਚਾਅ ਨਾਲ ਰੋਟੀ ਲੋਕ। ਮਹਾਰਾਜਾ ਰਣਜੀਤ ਸਿੰਘ 'ਚ ਜਿੱਥੇ ਰਾਜਿਆਂ ਵਰਗੇ ਔਗਣ ਸੀਗੇ ਉਹਦੇ ਇੱਕ ਗੁਣ ਸੀ, ਉਹ ਪਬਲਿਕ ਵਿੱਚ ਮਿਕਸਅਪ ਹੋ ਜਾਂਦਾ ਸੀ। ਅੱਜ ਤੁਹਾਡਾ ਟੁੱਟਾ ਭੱਜਾ ਵੀ ਕੋਈ MLA ਹੋਵੇ ਉਹਦੇ ਮਗਰ 7-8 ਗੱਡੀਆਂ ਅਤੇ ਬੰਦੂਕਾਂ ਵਾਲੇ ਅਤੇ ਰਫਲਾਂ ਵਾਲੇ ਬਾਡੀਗਾਰਡ ਕਿੰਨੇ ਤੁਰੇ ਫਿਰਦੇ ਆ। ਉਹ ਇੱਥੇ ਆ ਕਮੇਟੀ ਘਰ ਆ ਜਿੱਥੇ, ਇੱਥੇ ਜੇ ਆਪਣੇ ਬੱਸ ਸਟੈਂਡ ਆ ਜਿੱਥੇ, ਇੱਥੇ ਉਹਦੇ ਤੰਬੂ ਲੱਗ ਜਾਂਦੇ ਸੀਗੇ। ਅੱਛਾ ਜੀ। ਅਤੇ ਉਹਦੇ ਬਾਅਦ ਉਹ ਸਧਾਰਨ ਜਿਹੇ ਕੱਪੜਿਆਂ 'ਚ ਸਧਾਰਨ ਜਿਹੀ ਕਲਗੀ ਲਾ ਕੇ ਅਤੇ ਬਾਜ਼ਾਰ 'ਚ ਤੁਰਿਆ ਫਿਰਦਾ ਸੀ ਅਤੇ ਕਿਸੇ ਲਾਲੇ ਨੇ ਉੱਠ ਕੇ ਡੰਡੌਤ ਕਰਨ ਲੱਗਣੀ ਨਾ, ਉਹਨੇ ਦੌੜ ਕੇ ਉਹਦੀ ਥੜੇ ਦੇ ਉੱਤੇ ਜਾ ਬਹਿਣਾ ਅਤੇ ਉਹਨੂੰ ਨਾਲ ਹੀ ਸ਼ੇਵਾਂ ਦੀ ਗੱਦੀ 'ਤੇ ਬਾਲ ਕੇ ਕਹਿਣਾ, ਲਾਲਾ ਸੁਣਾ ਕੋਈ ਦੁੱਖ ਤਾਂ ਨਹੀਂ, ਜੇ ਦੁੱਖ ਹੋਵੇ ਵੀ ਤਾਂ ਲਾਲੇ ਨੇ ਕੀ ਕਹਿਣਾ ਜਦੋਂ ਮਹਾਰਾਜੇ ਦੀ ਕਲਾਵੇ 'ਚ ਆਇਆ ਹੋਇਆ। ਹਾਂਜੀ। ਉਹ ਇੱਦਾਂ ਮਿਕਸਅਪ ਹੋ ਕੇ ਲੋਕਾਂ ਦੇ ਨਾਲ ਮਿਲ ਗਿਲ ਜਾਂਦਾ ਸੀ, ਇਹ ਉਹਦੇ 'ਚ ਗੁਣ ਸੀ ਇੱਕ। ਇਹ ਅੱਜ ਦੇ ਸਾਡੇ ਜਿਹੜੇ ਹੁਣ ਦੇ ਰਾਜੇ ਨੇ ਉਹਨਾਂ 'ਚ ਵੀ ਗੁਣ ਹੈ ਨਹੀਂ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ 'ਚ ਸੀਗਾ, ਕੋਈ ਲੋਕਾਂ ਦੇ ਵਿੱਚ ਉਹ ਇੱਕਮਿਕ ਹੋ ਜਾਂਦਾ ਸੀ ਆ ਕੇ ਅਤੇ ਲੋਕ ਉਡੀਕਦੇ, ਇੱਥੋਂ ਦੇ ਕਈ ਲਾਲੇ ਉਡੀਕਦੇ ਰਹਿੰਦੇ ਸੀਗੇ ਵੀ ਮਹਾਰਾਜਾ ਨੇ ਮੁੜ ਕੇ ਆਉਣਾ ਅਤੇ ਉਹਦੀ ਰੋਟੀ ਹੁਣ ਸਾਡੇ ਵੱਲ ਹੋਣੀ ਆ। ਉਹ ਕਹਿ ਜਾਂਦਾ ਸੀ ਜਿਹੜਾ ਕੋਈ ਰਹਿ ਜਾਂਦਾ ਸੀ ਨਾ, ਉਹਨੂੰ ਉਹਨੇ ਕਹਿਣਾ ਹੁਣ ਆਵਾਂਗੇ ਅਤੇ ਹੁਣ ਰੋਟੀ ਤੇਰੇ ਵੱਲ ਖਾਵਾਂਗੇ, ਅਤੇ ਉਹ ਉਡੀਕਦੇ ਰਹਿੰਦੇ ਸੀ ਸਾਲ ਭਰ। ਸੋ ਇੱਥੇ ਤਾਂ ਉਹਦਾ ਆਉਣ ਜਾਣ ਸੀਗਾ ਕਿਸੇ ਜ਼ਮਾਨੇ 'ਚ, ਮਤਸਮ ਵਾਲੀਆਂ ਗੱਲਾਂ ਦੇ ਬਾਅਦ ਵਿੱਚ ਆਈਆਂ ਨੇ। ਉਹਨਾਂ ਨੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਨੁਕਸਾਨ ਦਿੱਤਾ ਪੰਜਾਬ, ਪੰਜਾਬੀਅਤ ਦਾ। ਤੁਹਾਨੂੰ ਮੈਂ ਦੱਸਿਆ ਵੀ ਧਰਮਾਂ ਨਾਲ ਭਾਸ਼ਾ ਬੰਨਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀ ਨੂੰ ਹੋਇਆ। ਜੀ ਜੀ, ਬਿਲਕੁਲ ਬਿਲਕੁਲ। ਨਹੀਂ ਤਾਂ ਪੰਜਾਬੀ, ਮੈਂ ਦਿੱਲੀ ਗਿਆ ਸਨ 1964 ਵਿੱਚ ਜੀ, ਅਤੇ ਮੇਰੇ ਦਿਲ 'ਚ ਖਿਆਲ ਵੀ ਮੈਂ ਪੰਜਾਬੋਂ ਬਾਹਰ ਆ ਗਿਆ ਅਤੇ ਮੈਂ ਇਹਨਾਂ 'ਚ ਹਿੰਦੀ ਜਾਂ ਉਰਦੂ 'ਚ ਗੱਲ ਕਰਾਂ,
ਅੱਛਾ ਜੀ। ਤੇ ਮੈਨੂੰ ਇੱਕ ਦਿਨ ਮੇਰਾ ਦੋਸਤ ਸੀਗਾ ਸਰਬਜੀਤ ਸਿੰਘ ਚੀਮਾ, ਉਹ ਲੈ ਗਿਆ ਸੀ ਉੱਥੇ, ਤੇ ਮੈਂ ਇੱਕ ਦਿਨ ਕਹਿੰਦੇ ਸਬਜ਼ੀ ਲਿਆ ਛੱਡੀ, ਮੈਂ ਜਾ ਕੇ ਤੇ ਉਹਨੂੰ ਪੁੱਛਿਆ ਸਬਜ਼ੀ ਵਾਲਿਆਂ ਨੂੰ ਗੋਭੀ ਕਾ ਕਿਆ ਭਾਓ ਹੈ, ਉਹ ਕਹਿਣ ਲੱਗਾ ਸਰਦਾਰ ਜੀ 2 ਰੁਪਏ ਕਿਲੋ, ਆਲੂ ਦੱਸੋ ਕਿੰਨੇ ਲੈਣੇ ਜੇ। ਠੀਕ ਹੈ, ਤੇ ਮੈਂ ਸ਼ਰਮਿੰਦਾ ਜਿਹਾ ਹੋ ਗਿਆ, ਤੇ ਮੈਂ ਸੋਚਿਆ ਵੀ ਮੈਂ ਇਹਦੇ ਨਾਲ ਪਹਿਲਾਂ ਪੰਜਾਬੀ 'ਚ ਗੱਲ ਕਰ ਲੈਂਦਾ। ਅਗਲੇ ਦਿਨ ਮੈਂ ਬੱਸ 'ਚ ਬੈਠਾ ਤੇ ਉਹਨੂੰ ਕਿਹਾ ਇੱਕ ਟਿਕਟ ਧੌਲਾ ਕੂਆਂ ਕਾ ਦੇਣਾ। ਅੱਛਾ ਜੀ। ਤੇ ਉਹ ਕੰਡਕਟਰ ਮੈਨੂੰ ਪੁੱਛਦਾ ਸਰਦਾਰ ਜੀ ਕਿੱਥੋਂ ਹੀ ਟਿਕਟ ਕਹੀ ਜੇ, ਤੇ ਮੈਂ ਫਿਰ ਸੋਚਿਆ ਮੈਂ ਕਿਹਾ ਵੀ ਇਹ ਤੇ ਪੰਜਾਬ ਹੀ ਆ, ਮੈਂ ਦਿੱਲੀ ਵਿੱਚ ਕੀਰਤੀ ਨਗਰ ਮੁਹੱਲੇ ਜਿੱਥੇ ਰਹਿੰਦਾ ਸਾਂ ਉੱਥੇ ਤੇ ਵੈਸੇ ਹੀ ਸਰਦਾਰ ਸੀਗੇ ਬਹੁਤੇ, ਤੇ ਇਹ ਤੇ ਮੈਂ ਕਿਹਾ ਮੈਂ ਤੇ ਪੰਜਾਬ ਮੈਂ ਹੁਣ। ਉਹਦੇ ਬਾਅਦ ਮੈਂ ਫੈਸਲਾ ਕਰ ਲਿਆ ਵੀ ਜਿਹਦੇ ਨਾਲ ਵੀ ਗੱਲ ਕਰਾਂਗਾ ਪਹਿਲਾਂ ਪੰਜਾਬੀ 'ਚ ਕਰਾਂਗਾ, ਬਾਅਦ ਵਿੱਚ ਮੈਂ ਆਪਣੇ ਜੇ ਉਹ ਅਗਲਾ ਹਿੰਦੀ ਜਾਂ ਉਰਦੂ ਬੋਲੇਗਾ ਤੇ ਬਾਅਦ ਵਿੱਚ ਗੱਲ ਕਰ ਲਵਾਂਗਾ। ਉਹ ਹਿੰਦੁਸਤਾਨੀ ਮੈਂ ਕਹਿ ਲਵਾਂਗਾ ਉਹਨੂੰ, ਉਹ ਨਾ ਹਿੰਦੀ ਦੇ ਨਾ ਉਰਦੂ ਰਲੀ ਮਿਲੀ ਜੀ ਭਾਸ਼ਾ ਹੁੰਦੀ ਸੀਗੀ, ਉਹਨੂੰ ਹਿੰਦੁਸਤਾਨੀ ਕਹਿ ਲਓ। ਬਿਲਕੁਲ। ਤੇ ਇੱਦਾਂ ਦਾ ਹਿਸਾਬ ਹੋਇਆ ਜੀ। ਮੈਂ ਸ਼ੁਰੂ ਵਿੱਚ ਡਰਾਇੰਗ ਮਾਸਟਰ ਸਾਂ ਜੀ ਤੇ ਪੇਂਟਰ ਸਾਂ ਜੀ, ਕਵਿਤਾ ਵੀ ਲਿਖੀ ਜੀ, ਛਾਟੇ ਇਸ਼ਕ ਦਗਾੜਾ ਵੱਜਦਾ ਹੀ ਆ ਚੜ੍ਹਦੀ ਜਵਾਨੀ 'ਚ, ਤੇ ਉਦੋਂ ਬੰਦਾ ਫਿਰ ਕਲਪਨਾ ਦੇ ਘੋੜੇ ਤੇ ਚੜਿਆ ਹੋਇਆ ਕਵਿਤਾ ਲਿਖਦਾ, ਸਪੀਡ ਵੀ ਜ਼ਿਆਦਾ ਹੁੰਦੀ। ਹਾਂਜੀ। ਤੇ ਮੈਂ ਉਸ ਵਕਤ ਜਿਹੜੀਆਂ ਕਵਿਤਾਵਾਂ ਲਿਖੀਆਂ ਆਪੇ ਲਿਖਣੀ ਤੇ ਆਪੇ ਪਾੜੀ ਛੱਡਣੀ, ਆਪੇ ਪੜ੍ਹ ਕੇ ਤੇ ਦੋਸਤਾਂ ਨੂੰ ਸੁਣਾਉਣੀ ਤੱਕ ਨਹੀਂ ਕਿਸੇ ਨੂੰ। ਅੱਛਾ ਜੀ। ਸ਼ਰਮ ਜੀ ਆਉਂਦੀ ਰਹਿਣੀ। ਤੇ ਜਿਹੜੀ ਮੈਂ ਪਹਿਲੀ ਕਵਿਤਾ ਜਿਹੜੀ ਮੇਰੀ ਕੁਝ ਦੋਸਤਾਂ 'ਚ ਚਲੀ ਗਈ ਤੇ ਗਾਉਂਦੇ ਰਹੇ ਫਿਰ ਉਹ ਹਾਰਮੋਨੀਅਮ ਵਜਾ ਕੇ ਇੱਥੇ ਮਟਾਰੂ ਨਿਵਾਸ ਵਿੱਚ। ਅੱਛਾ ਜੀ। ਉਹ ਤੇਰੀ ਤੱਕਣੀ ਦੀ ਡੰਗਣੀ ਕਮਾਲ ਜਾਨੀ ਹੈ, ਉਹ ਇੱਦਾਂ ਦੀ ਸੀਗੀ ਕੁਝ। ਅੱਛਾ ਜੀ। ਤੇ ਉਹ ਗਾਉਂਦੇ ਰਹੇ, ਉਹ ਮੈਂ ਆਊਟ ਕੀਤੀ ਥੋੜ੍ਹੀ ਜਿਹੀ। ਅੱਛਾ। ਉਹਦੇ ਬਾਅਦ ਫਿਰ ਸੰਨ 77 ਵਿੱਚ ਕਵਿਤਾਵਾਂ ਦੀ ਕਿਤਾਬ ਹੀ ਛਪ ਗਈ। ਅੱਛਾ ਜੀ। ਅਤੇ ਰੂਪਾਂਤਰ ਤਾਂ ਮੈਨੂੰ ਬਦੋ ਬਦੀ ਦਿੱਤਾ ਗਿਆ ਜੀ। ਅਤੇ ਉਹਦੇ ਬਾਅਦ ਫਿਰ ਮੈਂ ਲਿਖਦਾ ਰਿਹਾ, ਕੁਛ ਨਾ ਕੁਛ ਸੰਪਾਦਨਾ ਵੀ ਕਰਦਾ ਰਿਹਾ ਜੀ, ਕਵਿਤਾ ਵੀ ਲਿਖੀਆਂ, ਕਹਾਣੀਆਂ ਵੀ ਲਿਖੀਆਂ। ਲਗਭਗ ਤੁਹਾਨੂੰ 28 ਵਰੇ ਰਿਟਾਇਰ ਸੇਵਾ ਮੁਕਤ ਹੋਇਆ ਹੋ ਗਏ ਆ, ਔਰ 28 ਵਰਿਆਂ ਵਿੱਚ ਤੁਸੀਂ ਆਪਣੇ ਆਪ ਨੂੰ ਮਤਲਬ ਕੰਮ ਤੇ ਰਹੇ ਤੁਸੀਂ, ਚਾਹੇ ਉਹ ਸਾਹਿਤ ਸੇਵਾ ਦੀ ਗੱਲ। ਮੈਂ 96 'ਚ ਰਿਟਾਇਰ ਹੋਇਆ ਸਾਂ ਜੀ, 1996 ਜੀ। ਉਦੋਂ ਮੈਂ ਛਾਟੇ ਰਹਿੰਦਾ ਆਪਣੇ ਸ਼ਾਹ ਸਿਕੰਦਰ ਹੀ ਰਹਿੰਦਾ ਸਾਂ। ਅੱਛਾ ਜੀ। ਅਤੇ ਮੈਂ ਮੈਨੂੰ ਮੁੰਡਿਆਂ ਨੇ ਭਾਲ ਕੇ ਸਮਝਾਇਆ ਵੀ ਤੁਸੀਂ ਪੜ੍ਹਾਇਆ ਬਹੁਤ ਆ, ਮੈਂ ਗਿਆਨੀ ਦੀਆਂ ਟਿਊਸ਼ਨ ਵੀ ਪੜ੍ਹਾਉਂਦਾ ਰਿਹਾ। ਅੱਛਾ ਜੀ। ਇੰਗਲਿਸ਼ ਦੀਆਂ BA ਤੱਕ ਦੀਆਂ ਟਿਊਸ਼ਨ ਪੜ੍ਹਾਉਂਦਾ ਰਿਹਾ, ਸਕੂਲ ਦੀ ਮੈਂ ਨਹੀਂ ਪੜ੍ਹਾਈ। ਅੱਛਾ। ਕਿਉਂਕਿ ਐਕਸਪਲੋਇਟੇਸ਼ਨ ਗਿਣੀ ਜਾਂਦੀ ਸੀ, ਅਤੇ ਮੈਂ ਬਾਹਰਲੇ ਪੜ੍ਹਾਉਂਦਾ ਰਿਹਾ, ਅਤੇ ਮੇਰੇ ਸਿਰ 'ਤੇ ਜਿਹੜੇ ਭੈਣਾਂ ਨੂੰ ਵਿਆਹੁਣ ਦੇ ਕਰਜ਼ੇ ਚੜ੍ਹੇ ਸੀਗੇ ਭੈਣ ਭਰਾਵਾਂ ਨੂੰ ਵਿਆਹੁਣ ਦੇ, ਉਹ ਮੈਂ ਟਿਊਸ਼ਨਾਂ ਪੜ੍ਹਾ ਪੜ੍ਹਾ ਕੇ ਲਾਏ, ਭਾਰ ਹੌਲਾ ਕੀਤਾ। ਅਤੇ ਮੈਨੂੰ ਮੁੰਡਿਆਂ ਸਮਝਾਇਆ ਮੇਰਿਆਂ ਪੁੱਤਰਾਂ ਨੇ ਵੀ ਤੁਸੀਂ ਡੈਡੀ ਖੱਪ ਬਹੁਤ ਲਿਆ ਵਾ, ਹੁਣ ਆਰਾਮ ਕਰਨਾ। ਉਹ ਮੈਂ ਆਰਾਮ ਕਰਨ ਲੱਗ ਪਿਆ। ਮੈਂ 2-3 ਮਹੀਨਿਆਂ 'ਚ ਇਹਨਾਂ ਦਾ ਬਿਮਾਰ ਹੋ ਗਿਆ ਵੀ ਮੈਂ ਸੋਚਿਆ ਵੀ ਆਹ ਫੈਕਟਰੀ ਚੱਲਦੀ ਚੰਗੀ ਆ। ਹਾਂਜੀ ਜੀ। ਅਖੀਰ ਮੈਂ ਫਿਰ ਨਾ ਅਖਬਾਰਾਂ ਵਿੱਚ ਪੰਫਲੇਟ ਦਿੱਤੇ ਕਿ ਜੂਨ ਦਾ ਮਹੀਨਾ ਪੰਜਾਬੀ ਦੀ ਮੁਫਤ ਪੜ੍ਹਾਈ, ਵਾਹ, ਫਰੀ ਕੋਚਿੰਗ, ਸ਼ੁੱਧ ਪੰਜਾਬੀ ਕਿਵੇਂ ਲਿਖੀਏ। ਉਹ ਫਿਰ ਮੇਰੇ ਕੋਲ 18-20 ਸਟੂਡੈਂਟ ਆ ਗਏ। ਅੱਛਾ। ਅਤੇ ਮੇਰੀ ਗੱਡੀ ਰਿੜੀ ਰਹੀ ਜੀ ਜੀ, ਉਹਨਾਂ 'ਚ ਨੂੰ ਰੂਪਾਂਤਰ ਆ ਗਿਆ, ਤਾਂ ਮੈਂ ਰੂਪਾਂਤਰ ਦੀ ਆਰੇ ਲੱਗ ਪਿਆ। ਅੱਜ ਕੱਲ੍ਹ ਕੀ ਸਰਗਰਮੀਆਂ ਚੱਲ ਰਹੀਆਂ, ਅੱਜ ਕੱਲ੍ਹ ਕੀ ਕਰ ਰਹੇ ਹੋ? ਅੱਜ ਕੱਲ੍ਹ ਸਿਰਫ ਬੁਢਾਪਾ ਹੰਢਾ ਰਹੇ ਹਾਂ। ਠੀਕ ਹੈ, ਇਹ ਵੀ ਜ਼ਰੂਰੀ ਹੈ, ਉਮਰ ਦਾ ਅਖੀਰਲਾ ਪੈਰ ਆ ਜੀ। ਅਸੀਂ ਅੰਦਰ ਵੜੇ ਤੇ
ਤੁਹਾਡਾ ਜਿਹੜਾ ਟੇਬਲ ਹੈ ਉਹ ਬੜੇ ਕਾਗਜ਼ਾਂ ਤੇ ਕਿਤਾਬਾਂ ਨਾਲ ਭਰਿਆ ਹੋਇਆ ਸੀ, ਖਰੜੇ ਖਰੜੇ ਖਰਾਰੇ ਪਏ ਸੀਗੇ। ਮੈਂ ਕਿਹਾ ਇਹ ਚੱਲ ਸੋ ਚੱਲ ਹੀ ਹੈਗਾ। ਮੈਂ ਤੁਹਾਨੂੰ ਦੱਸਿਆ ਵੀ ਕੁਝ ਮੇਰੇ ਅਜ਼ੀਜ਼ ਨੇ ਜਿਹੜੇ ਮੈਨੂੰ ਅਜੇ ਵੀ ਬਹਿਣ ਨਹੀਂ ਦਿੰਦੇ, ਤੇ ਆਹ ਨਿੱਕੀਆਂ ਨਿੱਕੀਆਂ ਦੋ ਕਿਤਾਬਾਂ ਤੁਹਾਨੂੰ ਦਿੱਤੀਆਂ, ਇੱਕ ਨਾਵਲੇਟ ਲਿਖਿਆ ਜੀ, ਇਹ ਨਾਵਲੇਟ ਦੀ ਕਹਾਣੀ ਸੰਸਨੀ ਖੇਜ ਆ। ਅੱਛਾ ਜੀ। ਹਾਂਜੀ, ਚੰਗੇ ਭਲੇ ਮੁੰਡੇ ਨੂੰ ਕਿਵੇਂ ਅੱਤਵਾਦੀ ਬਣਾ ਲਿਆ ਗਿਆ ਤੇ ਕਿਵੇਂ ਉਹ ਖਤਮ ਹੋਇਆ ਜੀ, ਤੇ ਖਾਨਦਾਨ ਹੀ ਬਰਬਾਦ ਹੋ ਗਿਆ ਜੀ, ਉਹ ਸੰਸਨੀ ਖੇਜ ਆ ਜੀ। ਤੇ ਥੋੜ੍ਹੀ ਜਿਹੀ ਗੱਲ ਮੇਰੀ ਵਾਪਰੀ ਵੀ ਹੈਗੀ ਹੈ ਵਿੱਚ ਜੀ, ਤੇ ਬਹੁਤਾ ਉਹ ਬਾਹਰਲੀ ਗੱਲ ਹੈ ਜ਼ਿੰਦਗੀ ਦੀਆਂ। ਕੁਝ ਘਟਨਾਵਾਂ ਜਿਹੜੀਆਂ ਆਟੋਬਾਇਓਗ੍ਰਾਫੀ ਰਹਿ ਗਈਆਂ ਸੀਗੀਆਂ ਉਹ ਵੱਖਰੀ ਕਿਤਾਬ ਇੱਕ ਲਿਖੀ ਆ, ਠੀਕ ਹੈ, ਉਹਨਾਂ ਲਿਖਵਾਈ। ਹੁਣ ਤੋਂ ਮੇਜ਼ ਤੇ ਖਲਾਰਾ ਵੇਖ ਲਿਆ, ਉਹ ਮੈਂ ਪੂਰਨ ਸਿੰਘ ਦੀ ਜਿਹੜੀ ਆ ਨਾ ਕਿਤਾਬ ਸੋਚ ਦਾ ਸਫ਼ਰ, ਹਾਂਜੀ, ਪੰਜ ਵਾਲੀਅਮ ਛਪੇ ਆ। ਵਾਹ, ਠੀਕ ਹੈ। ਉਹਨਾਂ ਪੰਜ ਵਾਲੀਅਮ ਦੇ ਵਿੱਚ ਪੂਰਨ ਸਿੰਘ ਨੇ ਸੋਚ ਨੂੰ ਹੀ ਦੇ ਵਿਕਾਸ ਨੂੰ ਹੀ ਡਿਸਕਸ ਕੀਤਾ ਜੀ, ਤੇ ਉਹ ਦੁਨੀਆ ਭਰ ਦੇ ਜਿਹੜੇ ਮਹਾਨ ਚਿੰਤਕ ਹੋਏ ਨੇ ਜੀ ਉਹਨਾਂ ਬਾਰੇ ਵੀ ਵਿਚਾਰ ਕੀਤਾ ਹੋਇਆ ਜੀ। ਮੈਂ ਉਹਦੇ ਵਿੱਚੋਂ ਚਿੰਤਕ ਚੁਣ ਚੁਣ ਕੇ ਇੱਕ ਨਵੀਂ ਕਿਤਾਬ ਦੀ ਸੰਪਾਦਨਾ ਕਰ ਰਿਹਾ ਜੀ। ਉਹ ਜਿਹੜਾ ਮੇਰਾ ਹੈਗਾ ਨਾ ਟਾਈਪ ਕਰਨ ਵਾਲਾ ਮੁੰਡਾ ਜੀ, ਉਹ ਕਹਿੰਦਾ ਵੀ ਇਹ ਤੇ ਐਮ ਏ ਦੇ ਲੈਵਲ ਦੇ, ਐਮ ਏ ਦੇ ਸਟੂਡੈਂਟ ਦੇ ਬੜੀ ਕੰਮ ਆਉਣੀ ਆ ਜੀ। ਹਾਂਜੀ, ਉਹ ਤੁਸਾਂ ਕਈ ਨਾਂ ਸੁਣੇ ਹੀ ਨਹੀਂ ਹੋਣੇ, ਜ਼ੀਨੋ ਪੀਰੋ, ਹਾਂਜੀ, ਤੇ ਇਹੋ ਜਿਹੇ ਪੁਰਾਣੇ ਵਕਤਾਂ ਦੇ ਵਿੱਚ ਜਿਹੜੇ ਥਿੰਕਰ ਹੋਏ ਨੇ ਵੈਸਟਰਨ ਕੰਟਰੀਜ਼ ਦੇ ਵਿੱਚ ਜੀ, ਮਹਾਤਮਾ ਬੁੱਧ ਦਾ ਜ਼ਿਕਰ ਵੀ ਹੈਗਾ ਜੀ, ਸਾਡੇ ਕੋਲ ਥਿੰਕਰ ਹੀ ਹੋਇਆ, ਸਾਡੇ ਕੋਲ ਬਹੁਤੇ ਉਸ ਕਿਸਮ ਦੇ ਵਿਸ਼ਵ ਦਾ ਚਿੰਤਕ, ਉਹ ਕਿਤਾਬ ਦਾ ਨਾਂ ਲਿਖ ਰਿਹਾ ਵਾਂ, ਠੀਕ ਹੈ ਜੀ, ਵਿਸ਼ਵ ਦੇ ਮਹਾਨ ਚਿੰਤਕ ਜੀ ਜੀ, ਤੇ ਉਹ ਮਹਾਤਮਾ ਬੁੱਧ ਸੱਚਮੁੱਚ ਹੀ ਬੜਾ ਵੱਡਾ ਚਿੰਤਕ ਹੋਇਆ, ਬਿਲਕੁਲ, ਔਰ ਉਹ ਪੱਛਮ ਤੱਕ ਦੇ ਲੋਕਾਂ ਨੂੰ ਉਹਨੇ ਪ੍ਰਭਾਵਿਤ ਕੀਤਾ। ਉਹ ਮੈਂ ਉਹ ਕਿਤਾਬ ਇਕੱਠੀ ਕਰ ਰਿਹਾ ਵਾਂ ਜੀ, ਉਹ ਮੁੰਡਾ ਹੁਣ ਜੰਮੂ ਗਿਆ ਹੋਇਆ, ਅੱਛਾ ਜੀ, ਆਵੇਗਾ ਤੇ ਉਹਦੀ ਪ੍ਰੂਫ ਰੀਡਿੰਗ, ਉਹਦੀ ਟਾਈਪਿੰਗ ਕਰੇਗਾ ਤੇ ਪ੍ਰੂਫ ਰੀਡਿੰਗ ਕਰਕੇ ਛਪਵਾ ਲਾਂਗੇ। ਚਲੋ, ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਕਿ ਤੁਹਾਡਾ ਕਾਰਜ ਸੰਪੂਰਨ ਹੋਵੇ। ਅੱਜ ਕੱਲ੍ਹ ਵੀ ਤੁਸੀਂ ਇੱਕ ਬੜਾ ਲੰਮਾ ਸਮਾਂ ਸਾਹਿਤ ਦੇ ਵਿੱਚ ਰਹੇ ਹੋ, ਰੂਪਾਂਤਰ ਮੈਗਜ਼ੀਨ ਬੜਾ ਲੰਮਾ ਸਮਾਂ ਚੱਲਿਆ ਆ, ਬਹੁਤ ਸਾਰੇ ਲੇਖਕਾਂ ਦੀ ਲਿਖਤਾਂ ਉਹਦੇ ਵਿੱਚ ਆਉਂਦੀਆਂ ਹੋਣਗੀਆਂ, ਬਹੁਤ ਪੜ੍ਹਿਆ ਵੀ ਆ, ਨਵੀਂ ਜਨਰੇਸ਼ਨ ਜਿਹੜੀ ਅੱਜ ਦੀ ਲਿਖਣਾ ਚਾਹੁੰਦੀ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਥੋੜ੍ਹਾ ਲਿਖੋ, ਜਿੰਨਾ ਲਿਖੋ ਉਹ ਕੀਮਤੀ ਲਿਖੋ, ਜੀਵਨ ਨੂੰ ਸੇਧ ਦੇਣ ਵਾਲਾ ਅਤੇ ਬੰਦੇ ਦੀ ਸੋਚ ਜਿਹੜੀ ਹੈਗੀ ਆ, ਮੈਂ ਆਪਣੀ ਵਸੀਅਤ ਕਰ ਛੱਡੀ ਹੋਈ ਆ, ਅਤੇ ਉਹਦੇ 'ਚ ਮੈਂ ਅਖੀਰ 'ਤੇ ਲਿਖਿਆ ਕਿ ਮੇਰੇ ਮਰਨ ਦੇ ਬਾਅਦ ਕੋਈ ਵੀ ਧਾਰਮਿਕ ਰਸਮ ਨਹੀਂ ਕਰਨੀ, ਮੈਂ ਸਰਬ ਸਾਂਝਾ ਅਤੇ ਮੈਨੂੰ ਸਰਬ ਸਾਂਝਾ ਬਣਿਆ ਰਹਿਣ ਦਿਓ ਜੀ, ਜੀ, ਤੁਸਾਂ ਸੰਸਕਾਰ ਮੇਰਾ ਕਰਨਾ ਜਿੱਥੇ ਮਰਾਂਗਾ ਕਰਦਾ ਹੋ, ਅਤੇ ਹੱਡੀਆਂ ਦੀ ਮੁੱਠ ਭਾਵੇਂ ਨਿਕਾਸੀ ਦੇ ਕੰਢੇ ਆਣ ਕੇ ਦੱਬ ਜਾਇਓ, ਕਿਸੇ ਪਾਣੀ ਨੂੰ ਪਲੀਤ ਨਹੀਂ ਕਰਨਾ ਮੇਰੀਆਂ ਅਸਥੀਆਂ 'ਤੇ ਸਵਾਹ ਸੁੱਟ ਕੇ। ਤੋ ਮੇਰੀ ਸੋਚ ਕੁਛ ਇੱਦਾਂ ਦੀ ਆ, ਮੈਂ ਨਵੇਂ ਰਾਈਟਰਾਂ ਨੂੰ ਵੀ ਇਹੋ ਸੋਚ ਦੇਣੀ ਚਾਹਾਂਗਾ ਜੀ, ਇੱਥੋਂ ਤੱਕ ਵੀ ਆ ਡਰਾਈਵਰ ਮੇਰੇ ਕੋਲ ਬਦਲ ਗਿਆ, ਜਿਹੜਾ ਪਹਿਲਾਂ ਸੀ ਮੇਰੇ ਕੋਲ ਮੁੰਡਾ, ਅੱਛਾ ਜੀ, ਉਹ ਕਲੀਨ ਸ਼ੇਵਨ ਮੋਨਾ ਮੁੰਡਾ, ਅਤੇ ਉਦਾਂ ਬਾੜ ਸਾਹਿਬ ਜਾਂਦਾ ਅਤੇ ਗੁਰੂ ਘਰ ਨੂੰ ਮੰਨਦਾ, ਅਤੇ ਉਹ ਮੇਰੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਰਹਿੰਦਾ ਰਿਹਾ, ਕਹਿੰਦਾ ਵੀ ਤੁਹਾਡੀਆਂ ਗੱਲਾਂ ਸੁਣਨ ਦਾ ਸਵਾਦ ਬਹੁਤ ਆਉਂਦਾ, ਮੈਂ
ਤੁਹਾਡੇ ਨਾਲ ਇਸ ਕਰਕੇ ਨਹੀਂ ਜੁੜਿਆ ਕਿ ਮੈਂ ਪੈਸੇ ਲੈਣੇ ਆ, ਇਸ ਕਰਕੇ ਜੁੜਿਆ ਕਿ ਤੁਹਾਡੇ ਕੋਲੋਂ ਕੋਈ ਨਾ ਕੋਈ ਸਮਰੱਥ ਲੈਣੀ ਆ, ਤੇ ਤੁਹਾਡੇ ਨਾਲ ਤੁਰਿਆ ਫਿਰਦਿਆਂ ਮੇਰਾ ਸਰਕਲ ਵੀ ਏਦਾਂ ਦਾ ਬਣ ਗਿਆ ਕਿ ਮੇਰੀ ਥਾਂ ਥਾਂ ਤੇ ਵਾਕਫੀ ਏਦਾਂ ਹੁਣ ਤੇ ਇਸ ਕਰਕੇ। ਸੋ ਮੈਂ ਰਾਈਟਰਾਂ ਨੂੰ ਵੀ ਉਹ ਕਹਾਂਗਾ, ਕਹਿਣਾ ਚਾਹਾਂਗਾ ਵੀ ਭਾਵੇਂ ਥੋੜਾ ਲਿਖੋ, ਕੰਮ ਦਾ ਲਿਖੋ, ਸਿਰਫ ਸ਼ੋਹਰਤ ਲੈਣ ਵਾਸਤੇ ਨਾ ਲਿਖੋ ਜੀ। ਇਸ ਖਿਆਲ ਨਾਲ ਲਿਖੋ ਕਿ ਅਸੀਂ ਸੋਚ ਦੇ ਵਿਕਾਸ। ਪੂਰਨ ਸਿੰਘ ਨੂੰ ਇੱਕ ਵਾਰੀ ਮੈਂ ਕਹਿ ਬੈਠਾ ਕਿ ਤੁਸੀਂ 2 ਦਰਜਨ ਕਿਤਾਬਾਂ ਲਿਖ ਜਿਹੜੀਆਂ ਨੇ, ਤੁਹਾਡਾ ਕਿਸੇ ਵੱਡੇ ਵੱਡੇ ਰਾਈਟਰਾਂ ਨੇ ਨੋਟਿਸ ਤੇ ਲਿਆ ਹੀ ਨਹੀਂ, ਯੂਨੀਵਰਸਿਟੀਆਂ ਵਾਲਿਆਂ ਦੂਜੇ ਤੀ ਜਿਹੜੇ ਬੁਲਡੋਜ਼ਰ ਬੈਠੇ ਨੇ, ਜਸਵੰਤ ਸਿੰਘ ਰਾਈ ਇਹਨਾਂ ਨੂੰ ਬੁਲਡੋਜ਼ਰ ਕਹਿੰਦਾ ਹੁੰਦਾ ਸੀ। ਉਹ ਕਹਿਣ ਲੱਗਾ ਕਿ ਮੈਂ ਕਿਸੇ ਸ਼ੋਹਰਤ ਵਾਸਤੇ ਜਾਂ ਨਾਂ ਖੱਟਣ ਵਾਸਤੇ ਥੋੜ੍ਹਾ ਲਿਖ ਰਿਹਾ, ਮੈਂ ਤਾਂ ਸਮਝਣਾ ਕਿ ਸੋਚ ਜਿਉਂ ਤੋਂ ਅਸੀਂ ਜੰਮੇ ਹਾਂ ਸਾਰੀ ਉਮਰ ਵੇਖਦੇ ਰਹੇ ਹਾਂ, ਸੋਚ ਲਗਾਤਾਰ ਵਿਕਾਸ ਕਰ ਰਹੀ ਹੈ ਅਤੇ ਡਾਰਵਿਨ ਦੀ ਥਿਊਰੀ ਮੁਤਾਬਕ ਵੇਖੀਏ ਅਤੇ ਜਾਨਵਰ ਤੋਂ ਮਨੁੱਖ ਬਣ ਕੇ ਤਾਂ ਕਿੱਦਾਂ ਕਿੱਦਾਂ ਸੋਚ ਨੇ ਵਿਕਾਸ ਕੀਤਾ। ਇਸ ਵਿਕਾਸ ਵਿੱਚ ਜੇ ਰਾਈ ਮਾਤਰ ਅਸੀਂ ਇਹ ਸੱਪ ਆ ਜਾਈਏ ਅਤੇ ਅਸੀਂ ਸਮਝਦੇ ਹਾਂ ਕਿ ਸਾਡਾ ਜੀਣਾ ਸਫਲ ਹੋ ਗਿਆ। ਲਿਖਣ ਦਾ ਮਕਸਦ ਸਿਰਫ ਸੋਚ ਦਾ ਵਿਕਾਸ ਕਰਨਾ ਜੀ, ਇਹਨੂੰ ਵੱਧ ਹੋਰ ਮੇਰਾ ਕੋਈ ਮਕਸਦ ਨਹੀਂ ਜੀ। ਜੀ ਬਹੁਤ ਬਹੁਤ। ਮੈਂ ਵੀ ਇਹ ਗੱਲ ਸਮਝਾਂਗਾ ਕਿ ਜੇ ਜਿਹੜੇ ਪੜ੍ਹੇ ਹੋਏ ਨੂੰ ਪੜ੍ਹੀ ਜਾਣਾ, ਕੱਲ੍ਹ ਵੀ ਮੈਂ ਪੜ੍ਹਿਆ ਸੀ, ਅੱਜ ਵੀ ਉਹ ਪੜ੍ਹ ਲਿਆ, ਪਰਸੋਂ ਵੀ ਉਹ ਪੜ੍ਹ ਲਿਆ, ਉਹੀ ਖਿਆਲ ਵਾਰ ਵਾਰ ਦੁਹਰਾਈ ਜਾਣੇ ਨੇ ਅਤੇ ਉਹਨੂੰ ਕਹਿਣ ਦੀ ਕੀ ਲੋੜ ਹੈਗੀ ਹੈ। ਕੋਈ ਨਵੀਂ ਗੱਲ ਕਰੋ ਅਤੇ ਨਵੀਂ ਗੱਲ ਉਹ ਕਰੋ ਜਿਹੜੀ ਜੀਵਨ ਦਾ ਵਿਕਾਸ ਕਰੇ, ਵਿਕਾਸ ਕਰੇ, ਬਿਲਕੁਲ ਜੀਵਨ ਨੂੰ ਖੂਬਸੂਰਤ। ਯਾਨੀ ਜਿਵੇਂ ਇੱਕ ਨਾ ਉਹ ਕਹਾਵਤ ਹੈ, ਕਹਿੰਦੇ ਹੁੰਦੇ ਵੀ ਸਾਹਿਤ ਕੀ ਹੈ, ਕਹਿੰਦੇ ਸਾਹਿਤ ਸਤਿਅਮ ਸ਼ਿਵਮ ਸੁੰਦਰਮ, ਜੋ ਸਾਫ਼ ਸੁਥਰਾ ਹੋਵੇ, ਸੱਚਾ ਹੋਵੇ ਅਤੇ ਨਾਲ ਕਲਿਆਣਕਾਰੀ ਹੋਵੇ। ਅਤੇ ਉਹ ਕਈ ਜੇ ਉਹ ਸਿਰਫ ਪੜ੍ਹਨ ਤੱਕ ਸੀਮਿਤ ਰਹਿ ਜਾਂਦਾ ਹੈ ਜਾਂ ਉਹ ਕੇਵਲ ਕੰਧਾਂ 'ਤੇ ਰੱਖਣ ਵਾਲੀਆਂ ਗੱਲਾਂ ਤੱਕ ਸੀਮਿਤ ਰਹਿ ਜਾਂਦਾ, ਫਿਰ ਉਹ ਸਾਡਾ ਵਿਕਾਸ ਨਹੀਂ ਕਰ ਸਕਦਾ। ਇੱਕ ਸ਼ਾਸਤਰੀ ਗੱਲ ਹੈਗੀ ਆ ਜੀਵਨ ਨਾਲ ਜੁੜੀ ਹੋਈ ਜੀ। ਤ੍ਰੈ ਗੁਣ ਜਿਹਨਾਂ ਨੂੰ ਕਿਹਾ ਜਾਂਦਾ, ਤਮੋ ਗੁਣ, ਰਜੋ ਗੁਣ, ਸਤੋ ਗੁਣ, ਉਹਨਾਂ ਨੂੰ ਉਹਨੇ ਫਰਾਇਡ ਨੇ ਕਿਹਾ ਇਡ, ਈਗੋ, ਸੁਪਰ ਈਗੋ। ਸੁਪਰ ਈਗੋ, ਬੰਦਾ ਜਿਹੜਾ ਈਗੋ ਨੂੰ ਸੁਪਰ ਈਗੋ ਬਣਾਉਣ ਦੇ ਯਤਨ 'ਚ ਰਹੇ ਅਤੇ ਉਹ ਤਾਂ ਮਨੁੱਖ ਉੱਚੀ ਕਿਸਮ ਦਾ ਹੋ ਗਿਆ। ਮੈਂ ਤੁਹਾਨੂੰ ਕਹਾਣੀਆਂ ਸਾਂਸਨ ਵਾਲੇ ਦੀਆਂ ਦੱਸ ਰਿਹਾ ਸਾਂ ਜੀ। ਮੈਂ ਇੱਕ ਸੁਪਰ ਈਗੋ ਦੀ ਮਿਸਾਲ ਦਿੰਦਾ। ਇੱਕ ਦਿਨ ਭੂਆ ਰੋਂਦੀ ਰੋਂਦੀ ਆ ਗਈ ਜਦੋਂ ਜਾਣ ਡਏ ਸੀਗੇ। ਅੱਛਾ ਜੀ। ਅਤੇ ਭਾਈ ਉਹਨਾਂ ਨੂੰ ਕਹਿਣ ਲੱਗੀ ਵੇ ਕਾਕਾ, ਭੈਣਾਂ ਤੁਹਾਡੀਆਂ ਤਾਂ ਗਾਜ਼ੀਕੋਟ ਰਹਿ ਗਈਆਂ, ਇੱਕ ਗਾਜ਼ੀਕੋਟ ਦੇ ਚੌਧਰੀਆਂ ਦੇ ਘਰ ਵਿਆਹੀ ਸੀ ਅਤੇ ਦੂਜੀ ਮਿਲਣ ਗਈ ਹੋਈ ਸੀ, ਅਤੇ ਮੈਂ ਘੋੜੇ ਭੇਜ ਦਿੰਦੀ ਹਾਂ, ਬੰਦੇ ਭੇਜ ਦਿੰਦੀ ਹਾਂ, ਜਾ ਕੇ ਉਹਨਾਂ ਨੂੰ ਲਿਆ ਜਿਓ, ਅਸੀਂ ਨਾਲ 'ਤੇ ਲੈ ਲਈਏ। ਅੱਛਾ ਜੀ। ਭਾਈ ਆਪਣੀ ਕਹਿਣ ਲੱਗੇ ਭੂਆ ਜੇ ਸਾਡੀਆਂ ਭੈਣਾਂ ਨੇ ਤਾਂ ਜ਼ਰੂਰ ਆਉਣਗੀਆਂ। ਭੂਆ ਘੜੀ ਕੁ ਬਾਅਦ ਫਿਰ ਰੋਂਦੀ ਰੋਂਦੀ ਆ ਗਈ, ਵੇ ਕਾਕਾ, ਮੇਰੀਆਂ ਧੀਆਂ ਦੀ ਨੰਗੀ ਕੰਢ ਸੂਰਜ ਨੇ ਵੀ ਨਹੀਂ ਵੇਖੀ, ਉਹਦਾ ਨੰਗਾ ਹੱਥ ਨਹੀਂ ਕਦੇ ਵੇਖਿਆ, ਅਸੀਂ 70 ਵਿੱਚ ਰਹੀਆਂ ਨੇ, ਪਰ ਅੱਜ ਉਹਨਾਂ ਨੂੰ ਨੰਗੇ ਮੂੰਹ ਲਿਆਏ, ਉਹ ਸਿੱਖਾਂ ਦੀਆਂ ਭੈਣਾਂ 'ਚ ਹੋਈਆਂ। ਭਾਈ ਉਹਨੇ ਹੱਸ ਪਏ। ਅਤੇ ਵਿਚਲੀ ਗੱਲ ਭੂਆ ਦੀ ਇਹ ਸੀਗੀ ਕਿ ਜੇ ਬੁਰਕੇ ਪਾ ਕੇ ਆਈਆਂ ਤਾਂ ਅਗਲਿਆਂ ਨੇ ਨਹਿਰ 'ਚ ਵੱਢ ਕੇ ਸੁੱਟ ਦੇਣੀਆਂ ਨੇ, ਗਾਂ ਆਉਣੇ ਨਹੀਂ ਦੇਣਾ। ਨੰਗੇ ਮੂੰਹ ਲਿਆਉਂਦੀਆਂ ਉਹ, ਲਿਆ ਕੇ ਭੂਆ ਦੇ ਹਵਾਲੇ ਕੀਤੀਆਂ ਅਤੇ ਭੂਆ ਖੁਸ਼ ਹੋ ਗਈ। ਮੇਰੀ ਭੂਆ ਦੀਆਂ ਸਹੇਲੀਆਂ ਸੀਗੀਆਂ ਉਹ, ਅਤੇ ਇੱਦਾਂ ਦੀਆਂ ਚੰਗੀਆਂ ਗੱਲਾਂ ਵੀ ਹੈਗੀਆਂ ਨੇ। ਇਹ ਆ ਸਤੋ ਗੁਣ, ਸੁਪਰ ਈਗੋ, ਕਿ ਦੁਸ਼ਮਣ ਦਾ ਵੀ ਅਤੇ ਪਰਾਏ ਦਾ ਵੀ ਭਲਾ ਕਰਨ ਦੀ ਕੋਸ਼ਿਸ਼ ਕਰੋ ਜਿੰਨਾ ਕੁ ਹੋ ਸਕਦਾ। ਜੀ ਜੀ ਜੀ। ਮੈਂ ਹੁਣ ਇੱਥੇ ਜੀ ਰਿਹਾ ਵਾਂ, ਮੈਨੂੰ ਪੈਨਸ਼ਨ ਮਿਲਦੀ ਆ, ਮੈਨੂੰ ਖੁਸ਼ੀ ਇਸ ਗੱਲ ਦੀ ਆ, ਮੈਂ ਬੱਚਿਆਂ 'ਤੇ ਭਾਰ ਨਹੀਂ ਬਣ ਰਿਹਾ, ਮੈਨੂੰ ਖੁਸ਼ੀ ਇਸ ਗੱਲ ਦੀ ਆ।
ਆ ਮੁੰਡਾ ਆ ਗਿਆ ਜੀ, ਇਹ ਇੰਨਾ ਕੁ ਸਰਦਾਰਨੀ ਨੇ ਸ਼ਾਹ ਸਿਕੰਦਰ ਰਹਿੰਦਾ ਨਿਕਾ ਜਿਹਾ ਆਰਫਨ ਬੱਚਾ ਪਾਲਿਆ ਸੀ, ਇਹ ਹੁਣ ਮੈਨੂੰ ਪਾਲਣ ਡਿਆ। ਇੱਕ ਬੀਬੀ ਆਉਂਦੀ ਆ ਰੋਟੀਆਂ ਪਕਾ ਜਾਂਦੀ ਆ, ਇੱਕ ਆ ਡਰਾਈਵਰ ਤੁਹਾਡੇ ਸਾਹਮਣੇ ਆ ਗਿਆ ਪਹਿਲਾਂ ਜਿਹੜਾ ਸੀ ਉਹ ਛੁੱਟੀ ਕਰ ਗਿਆ ਤੇ ਇਹ ਉਦੋਂ ਪਹਿਲਾਂ ਰਿਹਾ ਸੀ ਮੇਰੇ ਕੋਲ। ਇਹ ਹਸਪਤਾਲਾਂ ਚ ਇਹਨੇ ਰਾਤਾਂ ਵੀ ਖੜਾਈਆਂ ਬੀਬੀ ਤੁਹਾਡੀ ਬਿਮਾਰ ਸੀਗੀ ਤੇ ਹੁਣ ਇਹ ਆ ਗਿਆ। ਤੇ ਮੈਂ ਇਸ ਗੱਲੇ ਖੁਸ਼ ਹਾਂ ਵੀ ਦੋ ਤਿੰਨ ਘਰਾਂ ਦੇ ਬੱਚਿਆਂ ਦੇ ਮੂੰਹ ਚ ਮੇਰਾ ਚੋਗਾ ਤੇ ਪੈਂਦਾ ਨਾ ਮਾਰ ਰਿਹਾ ਥਾ ਮਾਸਾ। ਹਾਂਜੀ, ਤੁਸੀਂ ਇੱਕ ਗੱਲ ਕੀਤੀ ਜਿਹੜੀ ਬਾਬੇ ਨਾਨਕ ਨੇ ਗੱਲ ਕਹੀ ਸੀ ਨਾ, ਕਿਰਤ ਕਰੋ ਤੇ ਵੰਡ ਕੇ ਛਕੋ ਜੀ, ਨਾਮ ਜਪੋ ਵਾਲੀ ਗੱਲ ਤੇ ਮੈਂ ਸੋਚਦਾ ਨੀ ਗਾ। ਪਤਾ ਨੀ ਨਾਮ ਹੀ ਕਈਆਂ ਕਿਸਮਾਂ ਦੇ ਹੁਣ ਹੋ ਗਏ ਨੇ। ਅਰਾਧਾ ਸਵਾਮੀਆਂ ਦੇ ਡੇਰੇ ਚਲ ਜਾਓ ਤੇ ਉਹ ਤਿੰਨ ਚਾਰ ਕਿਸਮ ਦੇ ਨਾਮ ਉਹਨਾਂ ਦੇ, ਤਿੰਨ ਸ਼ਬਦੀ ਨਾਮ ਤੇ ਪੰਜ ਸ਼ਬਦੀ ਨਾਮ ਤੇ ਸੱਤ ਸ਼ਬਦੀ ਨਾਮ ਤੇ ਬ੍ਰਹਮ ਬ੍ਰਹਮ ਕੁਮਾਰੀਆਂ ਦਾ ਵੱਖਰਾ ਨਾਮ, ਨਾਮ ਦਾ ਪੈ ਗਿਆ ਚੰਬੇਲਾ ਚੰਬੇਲਾ। ਪਰ ਜਿਹੜੀ ਬਾਬੇ ਨਾਨਕ ਨੇ ਗੱਲ ਕਹਿ ਛੱਡੀ ਸੀ ਨਾ, ਉਹਨਾਂ ਪ੍ਰੈਕਟੀਕਲੀ ਕਰਕੇ ਵੀ ਵੇਖੀ, ਕਿਰਤ ਕਰੋ ਤੇ ਵੰਡ ਕੇ ਛਕੋ, ਉਹ ਮੈਨੂੰ ਬਹੁਤ ਚੰਗੀ ਲੱਗਦੀ ਹੈ। ਭਾਵੇਂ 500 ਸਾਲ ਪਹਿਲਾਂ ਦੀ ਉਹਨਾਂ ਦੀ ਕਹੀ ਹੋਈ ਆ ਤੇ ਮੈਂ ਹੁਣ ਵੀ ਸਮਝਦਾ ਵਾਂ ਵੀ ਸਾਰੀ ਉਮਰ ਕਿਰਤ ਕੀਤੀ ਆ ਜਿਹਦਾ ਫਲ ਮਿਲ ਰਿਹਾ ਤੇ ਉਹਨੂੰ ਵੰਡ ਕੇ ਛਕੋ ਹੁਣ ਜੀ। ਬਹੁਤ ਵਧੀਆ। ਮੈਂ ਇੱਕ ਸਵਾਲ ਮੈਂ ਆਖਿਰ ਵਿੱਚ ਪੁੱਛਣਾ, ਕਾਫੀ ਸਮਾਂ ਹੋ ਗਿਆ, ਮੈਨੂੰ ਪਤਾ ਤੁਹਾਡੇ ਵਾਸਤੇ ਬੈਠਣਾ ਵੀ ਔਖਾ ਆ। ਆਫ ਕੈਮਰਾ ਗੱਲਬਾਤ ਚੱਲ ਰਹੀ ਸੀਗੀ ਕਿ ਦਸਤਾਰ ਨਹੀਂ ਸਜਾਈ ਤੇ ਅਸੀਂ ਇੱਦਾਂ ਹੀ, ਕਿਉਂਕਿ ਉਮਰ ਦਾ ਤਕਾਜ਼ਾ ਵੀ ਹੈ ਤਕਰੀਬਨ 86-87 ਸਾਲ ਦੀ ਉਮਰ ਦੇ ਵਿੱਚ ਥੋੜ੍ਹਾ ਔਖਾ ਵੀ ਹੁੰਦਾ ਆ। ਅਤੇ ਤੁਸੀਂ ਗੱਲ ਕਹੀ ਵੀ ਜੀਵਨ ਸਾਥਣ ਨਹੀਂ ਰਹੀ ਤੇ ਹੁਣ ਦਸਤਾਰ ਕਾਹਦੀ ਸਜਾਉਣੀ ਆ, ਅਤੇ ਇਹ ਬੜਾ ਇੱਕ ਮੁਹੱਬਤੀ ਪਲ ਹੁੰਦੇ ਨੇ ਸਾਡਾ, ਕਿਉਂਕਿ ਮੈਂ ਨਾ ਕਈ ਵਾਰੀ ਗੱਲ ਆਖਦਾ ਹੁੰਦਾ ਵੀ ਸਾਡੇ ਮਾਪਿਆਂ ਨੇ ਵੀ ਤੁਰ ਜਾਣਾ ਆ, ਬੱਚਿਆਂ ਦਾ ਪਤਾ ਨਹੀਂ ਕਦੋਂ ਸੁਨੇਹਾ ਆ ਜਾਣਾ ਵਾ, ਕਿਉਂਕਿ ਇਹ ਤਾਂ ਪੁੱਤਰ ਪਰਮਾਤਮਾ ਦੇ ਹੱਥ ਵਸ ਹੈਗਾ। ਜੇ ਸਭ ਤੋਂ ਲੰਬਾ ਰਿਸ਼ਤਾ ਚੱਲਦਾ ਤੇ ਉਹ ਪਤੀ ਪਤਨੀ ਦਾ ਹੀ ਹੁੰਦਾ ਆ, ਤੇ ਤੁਸੀਂ ਅੱਜ ਉਹ ਗੱਲ ਕੀਤੀ ਤੇ ਪਰ ਅੱਜ ਕੱਲ੍ਹ ਦਾ ਜਿਹੜਾ ਸਮਾਂ ਆ ਤਲਾਕ ਵੱਧ ਰਹੇ ਨੇ, ਨਿੱਕੀਆਂ ਨਿੱਕੀਆਂ ਗੱਲਾਂ ਤੋਂ ਘਰ 'ਚ ਲੜਾਈਆਂ ਹੁੰਦੀਆਂ, ਇਹ ਇਹਨੂੰ ਕਿੱਦਾਂ ਵੇਖਦੇ ਹੋ ਵੀ? ਮੈਂ ਆ ਪਾਰਕ ਵਿੱਚ ਇੱਕ ਦਿਨ ਸੈਰ ਕਰਨ ਨਿਕਲਿਆ। ਅੱਛਾ ਜੀ। ਤੇ ਤਿੰਨ ਚਾਰ ਬੀਬੀਆਂ ਸਿਆਣੀ ਉਮਰ ਦੀਆਂ ਮੈਨੂੰ ਬਹਾਲ ਲਿਆ ਤੇ ਮੇਰੇ ਨਾਲ ਅਫਸੋਸ ਕਰਨ ਲੱਗ ਪਈਆਂ। ਅੱਛਾ। ਇੱਕ ਕਹਿਣ ਲੱਗੀ ਤੁਸਾਂ ਬੀਬੀ ਉਹਨਾਂ ਦਾ ਖਿਆਲ ਬੜਾ ਕੀਤਾ। ਅੱਛਾ ਜੀ। ਮੈਂ ਕਿਹਾ ਮੈਂ ਕੋ ਸਹਾਨ ਕੀਤਾ, ਮੈਂ ਤੇ ਧਰਮ ਨਿਭਾਇਆ, ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਦੇਵ ਮੰਨ ਕੇ ਲਾਵਾਂ ਲਈਆਂ ਸੀਗੀਆਂ ਤੇ ਧਰਮ ਨਹੀਂ ਸੀ ਨਿਭਾਉਣਾ। ਮੈਂ ਕਿਹਾ ਮੇਰੇ ਉਹਦੇ ਨਾਲ ਖਿਆਲ ਨਹੀਂ ਸੀ ਰਲਦੇ, ਨਾ ਐਜੂਕੇਸ਼ਨ ਸੀਗੀ ਤੇ ਨਾ ਸੋਚ ਸੀਗੀ ਤੇ ਨਾ ਕੋਈ ਗੱਲ ਨਾ ਕੋਈ ਬਾਤ, ਪਰ ਜੋ ਮੈਂ ਲਿਖਦਾ ਸਾਂ ਉਹਨੂੰ ਪੜ੍ਹ ਕੇ ਸੁਣਾਉਂਦਾ ਸਾਂ ਤੇ ਖੁਸ਼ ਹੋ ਜਾਂਦੀ ਸੀ। ਤੇ ਮੈਂ ਕਿਹਾ ਮੇਰੇ ਉਹਦੇ ਨਾਲ ਕਈਆਂ ਗੱਲਾਂ 'ਚ ਮਤਭੇਦ ਸੀਗੇ ਪਰ ਮੈਂ ਤੇ ਧਰਮ ਨਿਭਾਇਆ, ਮੈਂ ਧਰਮ ਇਸੇ ਗੱਲ ਨੂੰ ਸਮਝਣਾ। ਬਿਲਕੁਲ ਜੀ। ਬਾਬੇ ਨਾਨਕ ਨੇ ਵੀ ਇਹਨਾਂ ਗੱਲਾਂ ਨੂੰ ਧਰਮ ਆਖਿਆ। ਕਬੀਰ ਤੇ ਨਾਨਕ ਦਾ ਮੈਂ ਬਹੁਤ ਸਤਿਕਾਰ ਕਰਦਾ, ਆਪਣੇ ਯੋਗ ਦੇ ਹਿਸਾਬ ਨਾਲ ਉਹਨਾਂ ਗੱਲਾਂ ਬਹੁਤ ਚੰਗੀਆਂ ਕੀਤੀਆਂ, ਪਰ ਉਹਨਾਂ ਵਰਗੇ ਬਣਨਾ ਬੜਾ ਔਖਾ ਕੰਮ ਆ, ਖਾਸ ਕਰਕੇ ਅੱਜ ਦੀ ਜਿਹੜੀ ਇੰਟਰਨੈਟ ਦੀ ਦੁਨੀਆ, ਇਹ ਤੇ ਬਿਲਕੁਲ ਹੀ ਹੋਰ ਤਰ੍ਹਾਂ ਦੀ ਹੋ ਗਈ ਆ, ਅਸੀਂ ਹੁਣ ਉਹਨਾਂ ਵਰਗੇ ਕਿੱਦਾਂ ਹੋ ਸਕਦੇ ਹਾਂ? ਬਾਬਾ ਨਾਨਕ ਸਾਰੀ ਉਮਰ ਪੈਦਲ ਫਿਰ ਫਿਰ ਕੇ ਲੋਕਾਂ ਨੂੰ ਉਪਦੇਸ਼ ਦਿੰਦਾ ਰਿਹਾ। ਇਹ ਤੋਂ ਸਾ ਮੇਰੀ ਉਹ ਜਿਹੜੀ ਕਿਤਾਬ ਆ ਨਾ ਘਟਨਾਵਾਂ ਵਾਲੀ, ਹਾਂਜੀ, ਉਹਦੇ 'ਚ ਤੁਸਾਂ ਸ਼ੁਰੂ ਵਿੱਚ ਹੀ ਇਹ ਵੀ ਘਟਨਾ ਵਰਗੀ ਗੱਲ ਹੈ ਇੱਕ ਭੂਮਿਕਾ, ਅੱਛਾ, ਉਹ ਤੁਸਾਂ ਪੜ੍ਹ ਹੀ ਲੈਣੀ ਆ ਜੀ। ਉਹਦੇ 'ਚ ਮੈਂ ਗੱਲ ਡਾਕਟਰ ਬਲਦੇਵ ਸਿੰਘ ਨੂੰ ਅਤੇ ਭਾਈਆ ਮੇਰਾ ਉਹ ਵਪਾਰੀ ਕਿਸਮ ਦਾ ਬੰਦਾ ਸੀਗਾ ਹਰਦੀਪ ਸਿੰਘ, ਉਹਨਾਂ ਨੂੰ ਸਮਝਾ ਰਿਹਾ। ਮੈਂ ਕਿਹਾ ਵੀ ਬਾਬਾ ਨਾਨਕ ਸ਼ਤਾਈ ਹੋਇਆ ਸੀਗਾ, ਕੋਈ ਉਹਨੂੰ ਭੂਤਣਾ ਕਹਿੰਦਾ, ਕੋਈ ਬੇਤਾਲਾ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਉਹ ਲੋਕ ਕਹਿੰਦੇ ਰਹੇ। ਉਹਨੇ ਇੱਕ ਨੀਚ ਦਰ ਨੀਚ ਮਰਦਾਨਾ ਨਾਲ ਰੱਖਿਆ ਸੀ ਤੇ ਉਹਦੇ ਨਾਲ ਹੀ ਦੰਦ ਟੋਕ ਵੀ ਰੋਟੀ ਸੀਗੀ ਤੇ ਉਹ ਕਿਰਤ ਕਰਕੇ ਖਾਣ ਦੇ ਉਹਨੇ ਉਪਦੇਸ਼ ਦਿੱਤਾ। 500 ਸਾਲ ਪਹਿਲਾਂ ਉਹਨੇ ਅੰਧ ਵਿਸ਼ਵਾਸਾਂ ਦੇ ਵਿੱਚ ਲੌਜਿਕ ਲਿਆਉਣ ਦੀ ਕੋਸ਼ਿਸ਼ ਕੀਤੀ
ਤੇ ਉਹ ਲਾਜਿਕ ਜਿਹੜੀ ਆ ਅੱਜ ਕੱਲ ਉਹਦਾ ਹੀ ਤੋਰਾ ਤੋਰਨ ਡਿਆ। ਮੰਤਕ ਜਿਹਨੂੰ ਕਹਿ ਸਕਦੇ ਹੋ ਜਾਂ ਜਿਹਨੂੰ ਕਹਿ ਸਕਦੇ ਹੋ ਆ ਵਿਗਿਆਨਕ ਸੋਚ, ਹਾਂਜੀ ਉਹ ਲੋਕੀ ਚੜ੍ਹਦੇ ਨੂੰ ਪਾਣੀ ਦੇਣ ਡਿਆ, ਉਹ ਲਹਿੰਦੇ ਨੂੰ ਦੇਣ ਲੱਗ ਪਿਆ। ਹਰਿਦੁਆਰ ਗਿਆ ਹੋਇਆ ਬਿਲਕੁਲ, ਉਹ ਤੂੰ ਲਹਿੰਦੇ ਨੂੰ ਪਾਣੀ ਛਦਾਈ ਹੋ ਗਿਆ, ਕਹਿੰਦਾ ਮੇਰੀ ਉੱਥੇ ਧਰਤੀ ਫਸਲ ਸੁੱਕਣ ਡਈ ਆ। ਕਹਿੰਦੇ ਉਹ ਤੇ ਹਜ਼ਾਰਾਂ ਮੀਲ ਆ, ਕਿੱਦਾਂ ਪਹੁੰਚੂ? ਕਹਿੰਦਾ ਜੇ ਤੁਹਾਡਾ ਕਰੋੜਾਂ ਮੀਲਾਂ ਤੇ ਪਾਣੀ ਪਹੁੰਚ ਜਾਂਦਾ ਤੇ ਮੇਰਾ ਹਜ਼ਾਰਾਂ ਮੀਲਾਂ ਤੇ ਨਾ ਪਹੁੰਚੂ? ਬਾਬੇ ਨਾਨਕ ਕੋਲ ਲੌਜਿਕ ਸੀ, ਲੌਜਿਕ ਸੀ। ਜੇ ਅੱਜ ਕੱਲ ਲੋਕੀ ਮੈਜਿਕ ਪੁੱਛੇ ਭੱਜਦੇ ਆ। ਮੋਏ ਪਿਤਰੀ ਦੇ, ਮੈਂ ਆਪਣੀ ਆਟੋਬਾਇਓਗ੍ਰਾਫੀ 'ਚ ਲਿਖਿਆ ਕਿ ਜਿੰਦੇ ਪਿਓ ਨੂੰ ਤੇ ਪਾਣੀ ਦਾ ਘੁੱਟ ਨਹੀਂ ਕਿਸੇ ਨੇ ਪੁੱਛਣਾ, ਮਗਰੋਂ ਛਬੀਲਾਂ ਲਾਉਣ ਦਾ ਕੀ ਫਾਇਦਾ? ਜੀਵਤ ਪਿੱਤਰ ਨਾ ਮੰਨੇ ਮੈਂ ਇਹਨਾਂ ਚੀਜ਼ਾਂ ਦੇ ਆਖ ਰਹੇ ਨੇ। ਬਿਲਕੁਲ ਜੀ, ਬਿਲਕੁਲ, ਉਹ ਇਹ ਮੇਰੀ ਸੋਚ ਆ ਜੀ। ਪਤਾ ਨਹੀਂ ਇਹ ਠੀਕ ਆ ਕਿ ਗਲਤ ਆ, ਪਰ ਮੈਂ ਇੱਥੇ ਕਿਤੇ ਪਹੁੰਚ ਗਿਆ ਹੋਇਆ। ਬਹੁਤ ਵਧੀਆ ਜੀ, ਅਸੀਂ ਦੁਆ ਕਰਦੇ ਹਾਂ ਕਿ ਤੰਦਰੁਸਤੀ ਅਤੇ ਦੇਹ ਰੋਗਤਾ ਪਰਮਾਤਮਾ ਤੁਹਾਨੂੰ ਹਮੇਸ਼ਾ ਬਖਸ਼ ਕੇ ਰੱਖੇ, ਅਤੇ ਇਸੇ ਤਰ੍ਹਾਂ ਤੁਸੀਂ ਪੰਜਾਬੀ ਸਾਹਿਤ ਜਗਤ ਦੀਆਂ ਜਿਹੜੀਆਂ ਵੱਡੀਆਂ ਸੇਵਾਵਾਂ ਇੱਕ ਲੰਬੇ ਸਮੇਂ ਤੋਂ ਕਰ ਰਹੇ ਹੋ ਉਹ ਨਿਰੰਤਰ ਕਰਦੇ ਰਹੋ, ਅਤੇ ਉਹਨਾਂ ਦਾ ਸਾਹਿਤ ਜਿਵੇਂ ਅਸੀਂ ਗੱਲਬਾਤ ਕੀਤੀ ਵੀ ਸਾਹਿਤ ਵੀ ਕਈ ਕਿਸਮ ਦਾ ਆ, ਪਰ ਘੱਟ ਲਿਖੋ ਚੰਗਾ ਲਿਖੋ ਜੋ ਕਿਸੇ ਦੇ ਭਲੇ ਵਾਸਤੇ ਹੋਵੇ, ਜੋ ਕਿਸੇ ਦੇ ਰਾਹ ਦਸੇਰੇ ਵਾਸਤੇ ਹੋਵੇ। ਸੋ ਬਹੁਤ ਚੰਗਾ ਲੱਗਾ ਜੀ ਗੱਲਬਾਤ ਕਰਕੇ, ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ, ਬਹੁਤ ਮਿਹਰਬਾਨੀ ਤੁਹਾਡੀ, ਸੋ ਇਹ ਸਨ ਸਰਦਾਰ ਧਿਆਨ ਸਿੰਘ ਜੀ ਸ਼ਾਹ ਸਿਕੰਦਰ, ਜਿਹਨੇ ਆਪਣੀ ਜ਼ਿੰਦਗੀ ਦਾ ਇੱਕ ਲੰਮਾ ਪੰਧ ਸਾਹਿਤਕ ਸੇਵਾਵਾਂ ਦੇ ਵਿੱਚ ਔਰ ਮਨੁੱਖੀ ਸੇਵਾਵਾਂ ਦੇ ਵਿੱਚ ਬਤੀਤ ਕੀਤਾ। ਅਧਿਆਪਨ ਖੇਤਰ ਦੇ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੂੰ ਵਿੱਦਿਆ ਦਾ ਦਾਨ ਦੇ ਕੇ ਉਹਨਾਂ ਦਾ ਜੀਵਨ ਜਿਹੜਾ ਉਹ ਸਫਲ ਕੀਤਾ, ਅਤੇ ਸਾਹਿਤਕ ਰੂਪ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਪੜ੍ਹਿਆ ਅਤੇ ਇਹਨਾਂ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਗਟ ਹੋਈ, ਇੰਟਰਨੈਟ ਗੂਗਲ ਕਰਕੇ ਵੇਖਿਆ, ਬਹੁਤ ਕੁਛ ਇਹਨਾਂ ਬਾਰੇ ਪਤਾ ਲੱਗਿਆ, ਪਰ ਬਹੁਤ ਕੁਝ ਜ਼ਿਆਦਾ ਜਿਹੜਾ ਆ ਉਹ ਮੁਲਾਕਾਤ ਤੋਂ ਬਾਅਦ ਪਤਾ ਲੱਗਾ ਉਹਨਾਂ ਦੇ ਜੀਵਨ ਸੰਘਰਸ਼ ਦੇ ਬਾਰੇ, ਜੀਵਨ ਜਿਉਣ ਦੇ ਢੰਗ ਦੇ ਬਾਰੇ, ਅਤੇ ਜ਼ਿੰਦਗੀ ਪ੍ਰਤੀ ਉਹਨਾਂ ਦਾ ਨਜ਼ਰੀਆ। ਉਹ ਗੱਲਾਂ ਬਾਤਾਂ ਵਿੱਚੋਂ ਦਰਸ਼ਕਾਂ ਨੇ ਜਾਣ ਹੀ ਲਿਆ ਹੋਵੇਗਾ, ਉਮੀਦ ਕਰਦਾ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਸ਼ਖਸੀਅਤ ਦੇ ਨਾਲ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।